ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਖਾਸ ਕਰਕੇ ਜੋ ਕੱਲ੍ਹ ਸਰਦਾਰ ਜਸਪਾਲ ਸਿੰਘ ਜੀ, ਸ਼ਹੀਦ ਜਸਪਾਲ ਸਿੰਘ ਜੀ ਗੁਰਦਾਸਪੁਰ ਤੋਂ, ਜਿਨ੍ਹਾਂ ਦੇ ਸੰਬੰਧ ਵਿੱਚ, ਜਿਨ੍ਹਾਂ ਦੀ ਸ਼ਹੀਦੀ ਤੁਹਾਨੂੰ ਯਾਦ ਹੋਣਾ, ਪਿਛਲੇ ਦਿਨਾਂ ਦੇ ਵਿੱਚ ਜਦੋਂ 28 ਤਰੀਕ ਨੂੰ ਮੁਕੰਮਲ ਪੰਜਾਬ ਬੰਦ ਰੱਖਿਆ ਗਿਆ ਸੀ ਭਾਈ ਰਾਜੋਵਾਲਾ ਦੀ ਫਾਂਸੀ ਨੂੰ ਲੈ ਕੇ, ਅਤੇ ਉਹ ਮੁਕੰਮਲ ਜਿਹੜਾ ਬੰਦ ਸੀ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਸਾਰੀਆਂ ਸੰਗਤਾਂ ਨੇ ਕੀਤਾ, ਔਰ 29 ਤਰੀਕ ਨੂੰ ਜੋ ਭਾਈ ਜਸਪਾਲ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ, ਉਸ ਸੰਬੰਧ ਦੇ ਵਿੱਚ ਜੋ ਪਿੱਛੇ ਗੱਲਬਾਤ ਹੋਈ ਸੀ, ਜੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਜੀ ਹੋਰਾਂ ਨੇ ਜੋ ਪ੍ਰੋਮਿਸ ਕੀਤੇ ਸੀਗੇ ਕਿ ਜਿਹੜੇ ਉੱਥੇ ਦੋਸ਼ੀ ਹਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਉਸ ਸੰਬੰਧ ਦੇ ਵਿੱਚ ਉਹਨਾਂ ਧਿਰਾਂ ਨੂੰ ਸਜ਼ਾਵਾਂ ਨਾ ਹੋਣ ਕਾਰਨ ਜੋ ਕੱਲ੍ਹ ਹੀ ਸਿੱਖ ਚੈਨਲ ਨੇ ਖਾਸ ਇੱਕ ਡੀ ਲਾਈਵ ਪ੍ਰੋਗਰਾਮ ਦਿਖਾਇਆ ਕਿ ਜਿਹਦੇ ਵਿੱਚ ਗੁਰਦਾਸਪੁਰ ਦੇ ਵਿੱਚ ਔਰ ਪੂਰੇ ਸਾਰੀਆਂ ਸੰਗਤਾਂ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਧਰਨਾ ਦਿੱਤਾ ਗਿਆ। ਉਸੇ ਸੰਬੰਧ 'ਚ ਅੱਜ ਗੱਲ ਕਰਾਂਗੇ ਕਿਉਂਕਿ ਅੱਜ 29 ਮਈ ਹੈ, ਪੂਰੇ 2 ਮਹੀਨੇ ਹੋ ਗਏ ਭਾਈ ਜਸਪਾਲ ਸਿੰਘ ਜੀ ਨੂੰ ਸ਼ਹੀਦ ਹੋਇਆ, ਅਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਜੋ ਸ਼ਾਮਿਲ ਹਨ ਸਿੱਖ ਚੈਨਲ ਸਟੂਡੀਓ ਦੇ ਵਿੱਚ, ਖਾਸ ਕਰਕੇ ਇੰਡੀਆ ਤੋਂ ਜੋ ਪਹੁੰਚੇ ਹਨ ਬਾਬਾ ਸੁਰਿੰਦਰ ਸਿੰਘ ਜੀ, ਗੁਰਦੁਆਰਾ ਅਕਾਲ ਬੰਗਾ ਜਿਹੜਾ ਸੁਭਾਨਾ ਤੋਂ। ਬਾਬਾ ਜੀ ਤੁਹਾਡਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਹੀ ਸਰਦਾਰ ਵਿਰਸਾ ਸਿੰਘ ਜੀ, ਇਹ ਵੀ ਇੰਡੀਆ ਤੋਂ ਹੀ ਆਏ ਹਨ, ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਾਬਾ ਜੀ ਹੋਰਾਂ ਦੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ, ਸਹਿਜਲੀ ਸਟਰੀਟ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ, ਭਾਈ ਸਾਹਿਬ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਜਿਹੜੀ ਹੈ ਕਰਨੀ ਹੈਗੀ ਹੈ ਬਾਬਾ ਜੀ ਹੋਰ ਨਾਲ, ਕਿਉਂਕਿ ਬਾਬਾ ਜੀ ਜਿਹੜੇ ਭਾਈ ਜਸਪਾਲ ਸਿੰਘ ਜੀ ਦੇ ਪਿਤਾ ਜੀ ਗੁਰਚਰਨਜੀਤ ਸਿੰਘ ਜੀ, ਉਹਨਾਂ ਦੇ ਨਾਲ ਆਰਮੀ ਦੇ ਵਿੱਚ ਬਾਬਾ ਜੀ ਹੋਰ ਇਕੱਠੇ ਇੱਕ ਹੀ ਯੂਨਿਟ ਦੇ ਵਿੱਚ ਇਹਨਾਂ ਨੇ ਆਪਣਾ ਡਿਊਟੀਆਂ ਨਿਭਾਈਆਂ, ਉਹਨਾਂ ਦੇ ਨਾਲ ਡਿਊਟੀ ਕੀਤੀ ਹੈ, ਆਰਮੀ 'ਚ ਇਕੱਠੇ ਰਹੇ ਆ। ਅਤੇ ਭਾਈ ਜਸਪਾਲ ਸਿੰਘ ਜੀ ਜਦੋਂ ਸ਼ਹੀਦੀ ਹੁੰਦੀ ਹੈ ਉਹਦੇ ਵਿੱਚ ਬਾਬਾ ਜੀ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਸਨ, ਉਹਨਾਂ ਪਰਿਵਾਰ ਦੇ ਨਾਲ ਸਨ। ਅਤੇ ਬਾਬਾ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ, ਸਾਰੀਆਂ ਸੰਗਤਾਂ ਨੂੰ ਜਾਣਕਾਰੀ ਮਿਲੇ ਕਿ 29 ਤਰੀਕ ਨੂੰ ਜਦੋਂ ਭਾਈ ਜਸਪਾਲ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਸ਼ਹੀਦ ਕੀਤਾ ਗਿਆ, ਉਸ ਸਮੇਂ ਦੀ ਉਸ ਪਰਿਵਾਰ ਦੇ ਬਾਰੇ 'ਚ ਤੁਸੀਂ ਪਰਿਵਾਰ ਦੇ ਨਾਲ ਉਸ ਟਾਈਮ ਸੀ, ਅਤੇ ਉਸ ਟਾਈਮ ਕਿੱਦਾਂ ਦਾ ਤੁਹਾਡੇ 'ਤੇ ਯਾਨੀ ਕਿ ਪਰਿਵਾਰ 'ਤੇ ਦਬਾਅ ਪੈ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ, ਜਾਂ ਉਹਦੇ ਬਾਰੇ ਸੰਗਤਾਂ ਨੂੰ ਆਪਾਂ ਸਭ ਤੋਂ ਪਹਿਲਾਂ ਜਾਣਕਾਰੀ ਦੇਣੀ ਹੈ ਜੀ। ਪਹਿਲਾਂ ਸਾਰਿਆਂ ਤੋਂ ਸਾਰੀਆਂ ਸੰਗਤਾਂ ਜਿੰਨੀਆਂ ਵੀ ਦੇਸਾਂ ਵਿਦੇਸਾਂ ਦੀਆਂ ਸੁਣ ਰਹੀਆਂ ਨੇ ਜੀ, ਖਾਸ ਕਰਕੇ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਜਸਪਾਲ ਸਿੰਘ ਦੀ ਵੀ ਲੈਣ ਵਿੱਚ ਆ ਜਾਣਾ ਸੀ ਜੇ ਅਸੀਂ ਉਹਨਾਂ ਨੂੰ ਨਾ ਬਚਾਉਂਦੇ, ਉਹ ਜੁਝਾਰੂ ਸਿੰਘ ਜਿਨ੍ਹਾਂ ਨੇ ਪਰਾਲੀਆਂ ਵਿੱਚ ਰਾਤਾਂ ਕੱਟੀਆਂ, ਉਹ ਸਮੇਂ ਆਪਣੇ ਮਾਤਾ ਪਿਤਾ ਦੇ ਪਿਆਰ ਗੋਦ ਦਾ ਨਿੱਘ ਛੱਡ ਕੇ ਔਰ ਕੌਮ ਦੇ ਦਰਦ ਨੂੰ ਵਸਾਣਦੇ ਹੋਏ ਉਹਨਾਂ ਰਾਹਾਂ 'ਤੇ ਤੁਰੇ ਜਿਨ੍ਹਾਂ 'ਤੇ ਸਿਰ ਧਾਰ ਗਲੀ ਸਿਰ ਧਰ ਕੇ ਉਹਨਾਂ ਨੇ ਆਪਣੇ ਪੰਥ ਖਾਲਸੇ ਵਾਸਤੇ ਇਹ ਸਾਰਾ ਕੁਛ ਕੀਤਾ, ਔਰ ਉਹਨਾਂ ਦੇ ਅੱਗੇ ਵੀ ਸਿਰ ਝੁਕਦਾ ਹੈ, ਅਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇੱਥੇ ਐਡਜਸਟ ਕੀਤਾ, ਉਹਨਾਂ ਦੀ ਹੈਲਪ ਕੀਤੀ, ਉਹਨਾਂ ਅੱਗੇ ਵੀ ਸਿਰ ਝੁਕ ਰਿਹਾ, ਕਿਉਂਕਿ ਉਹਨਾਂ ਨੂੰ ਇਹੋ ਜਿਹੇ ਕਾਂਡਾਂ ਤੋਂ ਬਚਾ ਕੇ ਹੀਰਿਆਂ ਨੂੰ ਇੱਥੇ ਰੱਖਿਆ ਹੋਇਆ, ਉਹਨਾਂ ਦੀ ਕੁਰਬਾਨੀ ਅੱਗੇ ਅਤੇ ਜਿਹੜੀ ਉਹਨਾਂ ਦੀ ਹੈਲਪ ਕੀਤੀ ਇਹਨਾਂ ਦੇਸਾਂ ਨੇ, ਉਹਨਾਂ ਅੱਗੇ ਸਿਰ ਝੁੱਕ ਰਿਹਾ। ਔਰ ਸਾਰੀਆਂ ਸੰਗਤਾਂ ਨੂੰ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਚਾਹੁੰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਦਿਲਬਾਗ ਸਿੰਘ ਜੀ ਨੇ ਸਵਾਲ ਕੀਤਾ ਸੀ ਕਿ 29 ਤਰੀਕ ਨੂੰ ਜਦੋਂ ਸ਼ਹੀਦ ਹੋਏ ਨੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਇੱਕ ਛੋਟੀ ਉਮਰ ਦਾ ਬੱਚਾ, ਨਦਾਨ ਬੱਚਾ, ਔਰ ਜਿਹੜਾ ਬੇਕਸੂਰ ਔਰ ਬਿਨਾਂ ਸ਼ਸਤਰ ਤੋਂ, ਔਰ 18-20 ਸਿੱਖ ਉਹ ਵੀ ਬਿਨਾਂ ਸ਼ਸਤਰ ਤੋਂ, ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਜੀ। ਇਹ ਭਾਈ ਗੁਰਚਰਨਜੀਤ ਸਿੰਘ ਜੀ ਉਸ ਟਾਈਮ ਕਚਹਿਰੀ 'ਚ ਕਿਸੇ ਕੰਮ ਗਏ ਹੋਏ ਸੀ। ਹਾਂਜੀ, ਇਹ ਦੋਨੇ ਭਰਾ ਜੀ, ਵੱਡਾ ਭਰਾ ਅਤੇ ਛੋਟਾ ਭਰਾ, ਭਾਈ ਜਸਪਾਲ ਸਿੰਘ ਜੀ ਦਾ ਤਾਇਆ। ਹਾਂਜੀ, ਇਹਨਾਂ ਨੇ ਫੋਨ ਕੀਤਾ ਭਾਈ ਜਸਪਾਲ ਸਿੰਘ ਜੀ ਨੂੰ ਵੀ ਤੂੰ ਕਿੱਥੇ ਆ ਇਸ ਟਾਈਮ, ਉਹਨਾਂ ਨੇ
ਇਹ ਕਰਨਾ ਚਾਹੇ ਵੀ ਪਤਾ ਕਰੀਏ ਉਹ ਕਿੱਥੇ ਹੈ ਜੀ, ਵੀ ਉਹਨੂੰ ਕਹੀਏ ਵੀ ਤੂੰ ਘਰ ਹੈ ਜਾਂ ਕਿੱਥੇ ਹੈ, ਉਹਨਾਂ ਨੂੰ ਵੈਸੇ ਕੋਈ ਕੰਮ ਹੋਣਾ। ਜਦੋਂ ਟੈਲੀਫੋਨ ਨਾ ਚੱਕਿਆ ਜੀ ਤਾਂ ਉਹਨਾਂ ਨੇ ਕਿਹਾ ਭਾਈ ਜਸਪਾਲ ਸਿੰਘ ਟੈਲੀਫੋਨ ਨਹੀਂ ਚੱਕ ਰਹੇ। ਇਹਨਾਂ ਨੂੰ ਕੁਛ ਸਮੇਂ ਦੇ ਵਿੱਚ ਹੀ ਕਚਹਿਰੀ ਦੇ ਵਿੱਚ ਹੰਗਾਮਾ ਹੋ ਗਿਆ ਕਿ ਗੁਰਦਾਸਪੁਰ ਦੇ ਵਿੱਚ ਪੰਜਾਬ ਪੁਲਿਸ ਨੇ ਗੁਰਸਿੱਖ ਪਿਆਰੇ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਉਹਨਾਂ ਦੀ ਕੋਈ ਮੰਗ ਸੀ, ਉਹ ਮੰਗ ਇੱਕ ਦਿਨ ਪਹਿਲਾਂ ਦੀ ਸੀ ਵੀ ਉਹ ਮੰਗ ਪੂਰੀ ਕਰਨ ਵਾਸਤੇ ਪੰਜਾਬ ਦੇ ਪ੍ਰਸ਼ਾਸਨ ਨੇ, ਪੰਜਾਬ ਦੀ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਵੀ ਤੁਸੀਂ ਇਸ ਜਗ੍ਹਾ ਬੈਠੋ, ਅਸੀਂ ਜਿਹੜੀ ਤੁਹਾਡੀ ਕੱਲ੍ਹ ਦੀ ਮੰਗ ਆ ਉਹ ਅਸੀਂ ਪੂਰੀ ਕਰਦੇ ਹਾਂ ਜੀ। ਉਹ ਮੰਗ ਕੀ ਸੀ ਭਾਈ ਦਲਵਾਗ ਸਿੰਘ ਜੀ? ਉਹ ਮੰਗ ਸੀ ਕਿ ਇੱਕ ਦਿਨ ਪਹਿਲਾਂ 28 ਤਰੀਕ ਨੂੰ ਜੋ ਅਕਾਲ ਤਖ਼ਤ ਸਾਹਿਬ ਦਾ ਬਿਲਕੁਲ ਇਹ ਗੱਲ ਜਿਹੜੀ ਸੀਗੀ ਉਹ ਸਿੱਖ ਚੈਨਲ ਤੇ ਲਾਈਵ ਦਿਖਾਇਆ ਗਿਆ ਸੀਗਾ ਸਾਰਾ ਕੁਛ ਕਿ ਇੱਕ ਗੁਰਸਿੱਖ ਦੀ ਦਸਤਾਰ ਉਹਨਾਂ ਨੇ ਲਾਈ ਸੀਗੀ ਜਿਹੜੇ ਸੀਗੀ ਸ਼ਿਵ ਸੈਨਾ ਦੇ ਜਿਹੜੇ ਸੀਗੇ ਕਾਰਕੁਨ, ਉਹ ਵੀ ਦਸਤਾਰ ਦੀ ਵੀ ਸੰਬੰਧ ਦੀ ਵੀ ਗੱਲ ਸੀਗੀ। ਤੇ ਉੱਥੇ ਜਿਹੜਾ ਜਿਹੜਾ ਹੁਣ ਗੱਲ ਆਪਾਂ ਖਾਸ ਜਿਵੇਂ ਉੱਥੇ ਪੰਜਾਬ ਪੁਲਿਸ ਨੇ ਜਿਵੇਂ ਤੁਸੀਂ ਦੱਸਿਆ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਆ, ਸਤਿਗੁਰਾਂ ਦਾ ਨਾਮ ਜਪਦੇ ਦੇ ਉੱਤੇ ਗੋਲੀ ਜਿਹੜੀ ਵਰਤਾਈ ਕਿ ਉਹ ਸ਼ਹੀਦ ਹੋਏ, ਤੇ ਸ਼ਹੀਦੀ ਤੋਂ ਬਾਅਦ ਜਦੋਂ ਤੁਸੀਂ ਕਦੋਂ ਉਹਨਾਂ ਦੇ ਪਰਿਵਾਰ ਨੂੰ ਮਿਲੇ, ਕਦੋਂ ਪਹੁੰਚੇ ਉਹਨਾਂ ਦੇ ਪਰਿਵਾਰ ਕੋਲ? ਇਹ ਭਾਈ ਦਲਵਾਗ ਸਿੰਘ ਜੀ, ਮੈਂ ਇੰਟਰਨੈਟ ਦੇ ਉੱਤੇ ਜਦੋਂ ਦੇਖਿਆ ਮੈਂ ਉਹਨਾਂ ਦੇ ਦਾਦਾ ਗਿਆਨ ਸਿੰਘ ਜੀ ਨੂੰ ਪਛਾਣ ਲਿਆ। ਹਾਂਜੀ, ਮੇਰੇ ਕੋਲ ਇੱਥੋਂ ਯੂਕੇ ਤੋਂ ਵੀ ਕੁਛ ਸੰਗਤਾਂ ਗਈਆਂ ਹੋਈਆਂ ਸੀ। ਹਾਂਜੀ, ਮੈਂ ਉਹਨਾਂ ਕੋਲ 29 ਤਰੀਕ ਨੂੰ ਪਹੁੰਚ ਗਿਆ ਸੀ ਜੀ। 29 ਤਰੀਕ ਨੂੰ ਮੈਂ ਜਦੋਂ ਉੱਥੇ ਦਾ ਮਾਹੌਲ ਦੇਖਿਆ, ਹਾਂਜੀ, ਇੱਕ 18 ਸਾਲ ਦਾ ਪੁੱਤਰ ਕਿਸੇ ਦਾ ਜੀ ਗੁਜ਼ਰ ਜਾਵੇ ਜੀ ਜੀ, ਤਾਂ ਉਸ ਪਰਿਵਾਰ ਨੂੰ ਇਹ ਪਤਾ ਹੁੰਦਾ ਉਸ ਇਲਾਕੇ ਵਿੱਚ ਬਹੁਤ ਰੋਸ, ਹਾਂਜੀ, ਮਤਲਬ ਉਹ ਦਰਦ ਦਿਲਾਂ ਦੇ ਉੱਤੇ ਸਹਾਰਨਾ ਔਖਾ ਸੀ ਜੀ। ਤੇ ਜੇ ਹੋ ਸਕਦਾ ਵੀ ਕੋਈ ਐਸੀ ਦਵਾ ਨਾ ਪੈਂਦਾ, ਨਾ ਉਹਨਾਂ ਨੂੰ ਸੰਸਕਾਰ ਆਪਾਂ ਕਰਦੇ, ਤਾਂ ਇਹ ਮਾਹੌਲ ਹੋਰ ਵੀ ਬਹੁਤ ਦਰਦਨਾਕ ਤੇ ਕਿਸੇ ਪਾਸੇ ਨੂੰ ਗੇੜ ਖਾ ਜਾਣਾ ਸੀ ਜੀ। ਪਰ ਉਹ ਪਰਿਵਾਰ ਤੇ ਇਸ ਆਪਣੇ ਮੌਕੇ ਦੀ ਜਿਹੜੀ ਗੌਰਮੈਂਟ ਹੈ, ਹਾਂਜੀ, ਇਹਨੇ ਦਵਾ ਪਾਉਣਾ ਚਾਹਿਆ, ਦਵਾ ਅਗਰ ਨਾ ਪਾਉਂਦੇ ਤਾਂ ਇਹਨਾਂ ਨੂੰ ਬਹੁਤ ਖਤਰਾ ਸੀ, ਇਹਨਾਂ ਦੇ ਕਾਬੂ ਤੋਂ ਬਾਹਰ ਹੋ ਜਾਣਾ ਸੀ। ਸੰਗਤਾਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਸੀਗਾ ਤੇ ਉਹਨਾਂ ਵੱਲੋਂ ਦਬਾਅ ਕਿਹੜੀ ਗੱਲ ਦਾ ਪਾਇਆ ਜਾ ਰਿਹਾ ਸੀ? ਉਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਵੀ ਆਪਾਂ ਭਾਈ ਜਸਪਾਲ ਸਿੰਘ ਜੀ ਨੂੰ ਜੇ ਸੰਸਕਾਰ ਕਰਵਾ ਦਈਏ ਜੀ, ਇਹਨਾਂ ਦੀ ਜਿਹੜੀ ਮਿੱਟੀ ਹੈ ਉਸ ਮਿੱਟੀ ਜਾਵੇ, ਡੈਡ ਬੋਡੀ ਇਹਨਾਂ ਦੀ ਸ਼ਹੀਦ, ਇਹਨਾਂ ਦਾ ਸੰਸਕਾਰ ਹੋ ਜਾਵੇ, ਹਾਂਜੀ, ਤਾਂ ਸਾਡਾ ਮੁੱਦਾ ਖਤਮ ਹੋ ਜਾਊਗਾ। ਕਿਉਂਕਿ ਇੱਕ ਗਿਣੀ ਮਿੱਠੀ ਸਾਜ਼ਿਸ਼ ਸੀ, ਹਾਂਜੀ, ਵੀ ਅਗਰ ਇਹ ਸ਼ਹੀਦ ਨੂੰ ਅਸੀਂ ਕਿਸੇ ਤਰੀਕੇ ਨਾਲ ਸੰਸਕਾਰ ਕਰਾ ਦਿੰਦੇ ਹਾਂ ਤਾਂ ਇਸ ਪਰਿਵਾਰ ਕੋਲ ਕੋਈ ਸਾਡੇ ਕੋਲ ਪਰੂਫ ਨਹੀਂ ਰਹਿਣਾ, ਹਾਂਜੀ, ਵੀ ਅਗਰ ਇਸ ਚੀਜ਼ ਦਾ ਸੰਸਕਾਰ ਨਹੀਂ ਹੁੰਦਾ ਤਾਂ ਇਹ ਸਿੱਖ ਕੌਮ ਤੇ ਬਹੁਤ ਵੱਡਾ ਰੋਸ ਵੀ ਹੋ ਸਕਦਾ ਹੈ, ਹਾਂਜੀ, ਇਹ ਕੌਮ ਉੱਠ ਖੜ ਸਕਦੀ ਹੈ ਜੀ, ਕਿਉਂਕਿ ਉੱਠ ਵੀ ਖੜੀ ਸੀਗੀ ਔਰ ਕੌਮ ਉੱਠੀ ਵੀ ਹੈ, ਪਤਾ ਲੱਗਿਆ ਸੀਗਾ ਤਾਂ 29 ਤਰੀਕ ਨੂੰ ਹੀ ਕਾਫੀ ਸਾਰੀਆਂ ਸੰਗਤਾਂ, ਬਹੁਤ ਸੰਗਤਾਂ ਉੱਠੀਆਂ ਸੀ। ਇਹਨਾਂ ਦੇ ਸਥਿਤੀ ਨੂੰ ਦੇਖਦੇ ਹੋਏ ਵੀ ਮਾਹੌਲ ਕਾਬੂ ਤੋਂ ਬਾਹਰ ਹੋ ਜਾਣਾ, ਬਿਲਕੁਲ, ਵੀ ਅਗਰ ਬਾਹਰ ਕਾਬੂ ਤੋਂ ਹੋ ਗਿਆ ਵੀ ਇੱਥੇ ਹੋਰ ਪ੍ਰਸ਼ਾਸਨ ਦੀ ਹੋਰ ਕਿਸੇ ਚੀਜ਼ ਦੀ ਸਾਨੂੰ ਸੈਂਟਰ ਤੋਂ ਵੀ ਮਦਦ ਲੈਣੀ ਪੈ ਸਕਦੀ ਹੈ। ਤੇ ਸਾਡੇ ਰਾਜ ਨੂੰ ਵੀ ਕੋਈ ਖਤਰਾ ਹੋ ਸਕਦਾ। ਗੱਲ ਕਰਦੇ ਸੀਗੇ ਭਾਈ ਗੁਰਚਰਨਜੀਤ ਸਿੰਘ ਹੋਰੀ, ਜੋ ਭਾਈ ਜਸਪਾਲ ਸਿੰਘ ਜੀ, ਸ਼ਹੀਦ ਜਸਪਾਲ ਸਿੰਘ ਦੇ ਪਿਤਾ ਜੀ, ਹਾਂਜੀ ਹਾਂਜੀ, ਉਹ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਹਨ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਇਸੇ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਆਪਾਂ ਅੱਗੇ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਸਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਗੁਰਚਰਨਜੀਤ ਸਿੰਘ ਜੀ, ਸਿੱਖ ਚੈਨਲ ਸਟੂਡੀਓ ਤੇ ਅੱਜ ਭਾਈ ਜਸਪਾਲ ਸਿੰਘ, ਸ਼ਹੀਦ ਭਾਈ ਜਸਪਾਲ ਸਿੰਘ ਦੇ ਸੰਬੰਧ ਵਿੱਚ ਪ੍ਰੋਗਰਾਮ ਰੱਖਿਆ ਆ ਤੇ ਤੁਹਾਡਾ ਜੀ ਆਇਆਂ ਨੂੰ ਸਵਾਗਤ ਕਰਦੇ ਆ ਸਿੱਖ ਚੈਨਲ ਤੇ। ਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਸੰਗਤਾਂ, ਕਿ ਸ਼ਹੀਦ ਭਾਈ ਜਸਪਾਲ ਸਿੰਘ ਜੀ ਦਾ ਜਦੋਂ ਸ਼ਹੀਦੀ ਤੋਂ ਬਾਅਦ ਸੰਸਕਾਰ ਕਰਨ ਵਾਸਤੇ ਤੁਹਾਡੇ ਵੱਲੋਂ ਜਿਹੜਾ ਸੀਗਾ ਗੱਲ ਰੱਖੀ ਗਈ ਸੀ, ਸ਼ਰਤਾਂ ਸਨ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਦੋਸ਼ੀ ਹਨ, ਉਸ ਸੰਬੰਧ ਵਿੱਚ ਕਿਹਨੂੰ ਕਿਹਨੂੰ ਸਜ਼ਾ ਮਿਲੀ ਹੈਗੀ ਹੈ, ਤੁਹਾਨੂੰ ਪੂਰਾ ਨਿਆਂ, ਪੂਰਾ ਜਸਟਿਸ ਜਿਹੜਾ ਹੈਗਾ ਉਸ ਚੀਜ਼ ਦਾ ਮਿਲਿਆ ਕਿ ਨਹੀਂ ਮਿਲਿਆ, ਉਹਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਮਾਰਚ ਨੂੰ
शहीद भाई जसपाल सिंह दे गोलियां इन्हां ने दागियां पुलिस वालियां नूं साडा बेड़ा शहीद कीता जी। हां जी अज पूरे 2 महीने हो गए जी। हां जी अज तक किसी भी जो जिन्हां ने यह कारवाई की पुलिस वालियां ने किसी दे विरुद्ध कोई कारवाई नहीं हुई अज तक जी। अच्छा जी असीं हर थां इन्हां नाल उस टाइम दे भड़कण दे आ सारी कारवाई कर दे आ लेकिन कोई साडी गवर्नमेंट सुनवाई नहीं कर रही जो साडी अज पंथक सरकार जिन्हों कह दिंदे आ जी। हां जी ते पंथक सरकार सारी साडे अज विरोधी आ साडे जो गवाह ने गवाह नूं दबाया जा रहा प्रेशर पा के जी। हां जी और इन्हां ने जो साडे हलके दा एमएलए बब्बे सिंह बब्बे वाली आ गुरबचन सिंह हां जी ਸਾਡੇ ਗਵਾਹਾਂ ਨੂੰ ਬਹੁਤ ਜ਼ਿਆਦਾ ਪ੍ਰੈਸ ਕਰਨ ਦਾ ਲਾਲਚ ਦੇ ਰਿਹਾ ਜੋ 3 ਬੱਚਿਆਂ ਦੀਆਂ ਦਸਤਾਰਾਂ ਲਾਈਆਂ ਗਈਆਂ ਸੀ ਉਹਨਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਲਾਲਚ ਦੇ ਕੇ ਉਹ 3 ਬੱਚੇ ਬਹਾਲ ਦਿੱਤੇ। ਹਾਂਜੀ ਉਹਨਾਂ ਨੂੰ ਨੌਕਰੀ ਦਾ ਲਾਲਚ ਦਿੱਤਾ ਔਰ ਪੈਸਾ ਦਿੱਤਾ ਇਹਨਾਂ ਨੇ ਸਰਪੰਚ ਦੇ ਥਰੂ ਰਲ ਕੇ ਉਹ ਪਿੰਡ ਦੇ ਜੀ। ਅੱਛਾ ਜੀ ਔਰ ਅੱਜ ਵੀ ਸਾਡੇ ਜੋ ਮੇਰੇ ਗਵਾਹ ਨੇ ਸਾਡੇ ਬੱਚੇ ਦੇ ਕੇਸ ਦੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਉਹਨਾਂ ਨੂੰ ਦਬਾਅ ਧਮਕਾਇਆ ਜਾ ਰਿਹਾ। ਹਾਂਜੀ ਸਾਨੂੰ ਵੀ ਜਾ ਪਾ ਰਿਹਾ ਵੀ ਅਸੀਂ ਏਦਾਂ ਕਰਾਂਗੇ ਅਸੀਂ ਆਹ ਕਰ ਦਾਂਗੇ ਇਹਨਾਂ ਦੇ ਕੇਸ ਪਾ ਦਾਂਗੇ ਉੱਤੇ ਆਹ ਕਰ ਦਾਂਗੇ ਜੀ। ਤੇ ਬਾਕੀ ਜਿਹੜਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਜੀ ਜਦੋਂ ਸੰਸਕਾਰ ਕੀਤਾ ਸੀ ਉਹਨਾਂ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਸੀ ਸੰਸਕਾਰ ਤੋਂ ਪਹਿਲਾਂ ਵੀ ਪੂਰੀ ਕਾਰਵਾਈ ਹੋਏਗੀ? ਹਾਂਜੀ ਉਹਨਾਂ ਨੇ ਇਹੋ ਕਿਹਾ ਸਾਨੂੰ ਵੀ ਪੂਰੀ ਉਹ ਮੰਨ ਗਏ ਨੇ ਇਹਨਾਂ ਦੇ ਉੱਤੇ ਪਰਚੇ ਦਰਜ ਹੋਣਗੇ DSP SSP ਔਰ ASI ਜਵਿੰਦਰ ਸਿੰਘ ਜਥੇਦਾਰ ਜੀ ਨੂੰ ਮਿਲੇ ਜਾ ਕੇ? ਹਾਂਜੀ ਅਸੀਂ 4 ਵਾਰੀ ਮਿਲੇ ਜੀ ਸੰਗਤ ਵੀ ਲੈ ਕੇ ਉੱਥੇ ਗਏ ਖੁਦ ਵੀ ਮੈਂ ਆਪਣੇ ਫਾਦਰ ਦੇ ਨਾਲ ਜਾਂਦਾ ਰਿਹਾ ਫੋਨ ਵੀ ਉਹਨਾਂ ਨੂੰ ਕਰਦਾ 3 ਦਿਨ ਬਾਅਦ ਜੀ। ਹਾਂਜੀ ਉਹ ਸਾਨੂੰ ਇਹ ਭਰੋਸਾ ਦਿੰਦੇ ਆ ਕਿ ਅਸੀਂ ਕਾਰਵਾਈ ਕਰਾ ਰਹੇ ਹਾਂ। ਮੈਂ ਫਿਰ ਉਹਨਾਂ ਨੂੰ ਬੇਨਤੀ ਕੀਤੀ ਮੈਂ ਬਾਬਾ ਜੀ ਕੋਈ ਕਾਰਵਾਈ ਨਹੀਂ ਜੀ ਹੋ ਰਹੀ ਤੇ ਸਾਨੂੰ ਦਵਾ ਰਹੇ ਨੇ ਜਿਹੜੀ ਸਾਡੀ ਸਰਕਾਰ ਆ ਉਹ ਸਾਡੇ ਤੇ ਪ੍ਰੈਸ਼ਰ ਪਾ ਰਹੀ ਹੈ ਮੇਰੇ ਸਾਡੇ ਗਵਾਹਾਂ ਤੇ ਪ੍ਰੈਸ਼ਰ ਪਾ ਰਹੀ ਹੈ। ਹਾਂਜੀ ਤੇ ਉਹ ਅੱਗੋਂ ਕੋਈ ਖਾਸ ਮੈਨੂੰ ਉਹਨਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਤੇ ਮੇਰੇ ਨਾਲ ਇਹ ਧੱਕਾ ਕਰ ਰਹੀ ਸਾਰੀ ਸਰਕਾਰ ਵੀ ਜੀ ਆ ਵੇਲੇ। ਤੇ ਤੁਸੀਂ ਜਿਹੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਵੀ ਕਿਸੇ ਨਾਲ ਕੋਈ ਗੱਲਬਾਤ ਕੀਤੀ ਜਾਂ ਕੋਈ ਤੁਹਾਡੀ ਜਥੇਬੰਦੀ ਹੈਲਪ ਕਰ ਰਹੀ ਹੈ ਕੋਈ ਹਿਊਮਨ ਰਾਈਟਸ ਦੀ ਜਥੇਬੰਦੀ ਜਾਂ ਕੋਈ ਹੋਰ ਜਥੇਬੰਦੀ ਵੱਲੋਂ ਤੁਹਾਨੂੰ ਕਿੱਦਾਂ ਦੀ ਅੱਜ ਇਸ ਟਾਈਮ ਕੀ ਮਦਦ ਮਿਲ ਰਹੀ ਹੈਗੀ ਹੈ? ਹਾਂਜੀ ਕੋਈ ਚੱਲੇ ਜਥੇਬੰਦੀਆਂ ਮਦਦ ਕਰ ਰਹੇ ਆ ਜਿੱਦਾਂ ਸੰਤ ਬਾਬਾ ਬਲਜੀਤ ਸਿੰਘ ਦਾਦੂ ਆ ਗਏ ਜੀ। ਹਾਂਜੀ ਉਹ ਪੂਰਾ ਉਹ ਸਾਨੂੰ ਸਾਥ ਦੇ ਰਿਹਾ ਸੀ ਅਸੀਂ ਤੁਹਾਡੇ ਨਾਲ ਆ ਵੈਸੇ ਅੱਜ ਤੋਂ ਬਾਹਰ ਗਏ ਹੋਏ ਸੀ ਉਹਨਾਂ ਨੇ ਕੱਲ ਨੂੰ ਆ ਜਾਣਾ ਜੀ। ਹਾਂਜੀ ਉਹਨਾਂ ਨੇ ਦੱਸਿਆ ਕਿ 31 ਤਰੀਕ ਨੂੰ ਸਾਨੂੰ ਮਿਲਿਓ ਤੇ ਅਸੀਂ ਤੁਹਾਨੂੰ ਅਗਲੀ ਜੋ ਕਾਰਵਾਈ ਹੈ ਅਸੀਂ ਤੁਹਾਡੇ ਨਾਲ ਕਰਾਂਗੇ ਜੀ। ਹਾਂਜੀ ਤੇ ਸਿਮਰਨਜੀਤ ਸਿੰਘ ਮਾਨ ਜੀ ਹਾਂਜੀ ਉਹ ਵੀ ਸਾਡੇ ਨਾਲ ਦੇ ਹੁੰਦੇ ਵੀ ਜੋ ਵੀ ਕਰਨਾ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਸਾਰਾ ਸੰਘਰਸ਼ ਜਿਹੜਾ ਤੁਹਾਡੇ ਨਾਲ ਕਰਾਂਗੇ ਜੀ। ਹਾਂਜੀ ਤੇ ਦਮਦਮੀ ਟਕਸਾਲ ਦੇ ਸਾਡੇ ਨਾਲ ਨੇ ਜੀ। ਠੀਕ ਹੈ ਜੀ ਤੇ ਹੋਰ ਕਈ ਏਦਾਂ ਜਥੇਬੰਦੀਆਂ ਹੈਗੀਆਂ ਨੇ ਛੋਟੀਆਂ ਵੀ ਜਿਹੜੀਆਂ ਸਾਡੇ ਨਾਲ ਨੇ ਔਰ ਇਲਾਕਾ ਵੀ ਸਾਡਾ ਸਾਥ ਦਿੰਦਾ ਜੀ। ਤੇ ਜਿਹੜਾ ਹੁਣ ਗੁਰਦਾਸਪੁਰ ਵਿੱਚ ਜਿਹੜਾ ਹੁਣ ਤੁਸੀਂ ਸਾਰੀਆਂ ਸੰਗਤਾਂ ਨੇ ਜਿਹੜਾ ਧਰਨਾ ਦਿੱਤਾ ਸੀਗਾ ਰੋਸ ਮੁਜ਼ਾਹਰਾ ਹੁਣ ਕੀਤਾ ਸੀ ਉਹਦੇ ਸੰਬੰਧ ਵਿੱਚ ਤੁਹਾਨੂੰ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਸਰਕਾਰ ਵੱਲੋਂ ਨੁਮਾਇੰਦਾ ਮਿਲ ਕੇ ਕੋਈ ਤੁਹਾਨੂੰ ਤਸੱਲੀ ਦਿੱਤੀ ਹੋਏ ਕੋਈ ਆਸ਼ਵਾਸਨ ਦਿੱਤਾ ਹੋਏ ਕੋਈ ਗੱਲ ਹੋਈ ਇਸ ਤਰ੍ਹਾਂ ਦੀ? ਹਾਂਜੀ ਸਾਨੂੰ DC ਸਾਹਿਬ ਨੇ ਤੇ ਭਰੋਸਾ ਦਿੱਤਾ ਕਿ ਅਸੀਂ ਜਿੱਦਾਂ ਕੱਲ 29 ਤਰੀਕ ਨੂੰ ਉਹਨਾਂ ਨੂੰ ਦਿੱਤਾ ਸੀ ਜੀ 28 ਤਰੀਕ ਨੂੰ ਹਾਂਜੀ ਮੰਗ ਪੱਤਰ ਆਪਣਾ ਜੀ। ਹਾਂਜੀ ਉਹਨਾਂ ਆਖਿਆ ਵੀ ਮੈਂ 29 ਤਰੀਕ ਨੂੰ ਆਪਣੇ ਬਾਦਲ ਸਾਹਿਬ ਦੇ ਕੋਲ ਜਾ ਰਿਹਾ ਕਾਨਫਰੰਸ ਵਾਸਤੇ ਮੈਂ ਜਿਹੜਾ ਤੁਹਾਡੇ ਨਾਲ ਵਾਅਦਾ ਕਰਦਾ ਵੀ ਮੈਂ ਪੂਰੀ ਕਾਰਵਾਈ ਉਹਨਾਂ ਕੋਲ ਕਰਾਊਂਗਾ ਕਹਿ ਕੇ। ਹਾਂਜੀ ਇਹਨਾਂ ਦਾ ਜਿਹੜਾ ਕੇਸ ਦਾ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਮੰਨੀਆਂ ਜਾਣ। ਹਾਂਜੀ ਅਸੀਂ ਕੋਈ ਜਾਇਜ ਉਹ ਜੀ ਮੰਗ ਨਹੀਂ ਨਜਾਇਜ ਮੰਗਣ ਦੇ ਉਹ ਕਹਿੰਦੇ ਕਿ ਜੋ ਕਾਤਲ ਆ ਸਾਡੇ ਬੱਚੇ ਦੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਅਰੈਸਟ ਕੀਤਾ ਜਾਏ। ਠੀਕ ਹੈ ਜੀ ਤੇ ਤੁਸੀਂ ਸੰਗਤਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਸਾਰੀਆਂ ਸੰਗਤਾਂ ਅੱਜ ਪੂਰੇ ਯੂਰਪ ਵਿੱਚ ਸਕਾਈ 8406 ਚੈਨਲ ਤੇ ਇੰਟਰਨੈਟ ਰਾਹੀਂ ਪੂਰੀ ਦੁਨੀਆ ਤੇ ਸੁਣਿਆ ਜਾ ਰਿਹਾ ਤੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਅਸੀਂ ਤੇ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿੰਨੀ ਵੀ ਸਿੱਖ ਸੰਗਤ ਆ ਸਾਡੀ ਇਸ ਕੇਸ ਦੇ ਵਿੱਚ ਮਦਦ ਕਰੇ ਔਰ ਸਾਡੀ ਗਵਰਨਮੈਂਟ ਤੇ ਦਬਾਅ ਪਾਵੇ ਕਿ ਤੁਸੀਂ ਕਿਉਂ ਨੀ ਕਾਰਵਾਈ ਕਰ ਰਹੇ ਜੋ ਬੱਚੇ ਨੂੰ ਸਰੇਆਮ ਇਹਨਾਂ ਨੇ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਬਿਨਾਂ ਗਲਤੀ ਤੋਂ। ਹਾਂਜੀ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਡੀ ਸਾਰੀ ਸਿੱਖ ਸੰਗਤ ਜਿਹੜੀ ਵੱਧ ਕਰਕੇ ਕੇਸ ਵਿੱਚ
ਇਹ ਯੋਗਦਾਨ ਪਾਉਣ ਔਰ ਗਵਰਨਮੈਂਟ ਤੇ ਪ੍ਰੈਸ਼ਰ ਪਾਉਣ ਕਿ ਤੁਸੀਂ ਕਿਉਂ ਨਹੀਂ ਇੱਦਾਂ ਕਰ ਰਹੇ ਕਿ ਉਹਨਾਂ ਨੂੰ ਇਨਸਾਫ਼ ਕਿਉਂ ਨਹੀਂ ਦੇ ਰਹੇ ਜੀ। ਠੀਕ ਹੈ ਭਾਅ ਜੀ ਗੁਰਚਰਨਜੀਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਸਮੇਂ ਸਾਡੇ ਨਾਲ ਲਾਈਨ 'ਤੇ ਬਣੇ ਹੋਏ ਹੋ ਅਤੇ ਤੁਹਾਡਾ ਜਿਹੜਾ ਪੁੱਤ ਜਿਹੜਾ ਸ਼ਹੀਦ ਜਸਪਾਲ ਸਿੰਘ ਜੀ, ਉਹਦੀ ਸ਼ਹੀਦੀ ਨੂੰ ਅਸੀਂ ਸਾਰੇ ਪ੍ਰਣਾਮ ਕਰਦੇ ਹਾਂ। ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਭਾਈ ਗੁਰਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਵੀ ਹੈਗੀ ਹੈ ਕਿ ਉਹ ਚਾਰ ਵਾਰੀ ਜਿਹੜਾ ਸ੍ਰੀ ਅਕਾਲ ਤਖ਼ਤ ਜਥੇਦਾਰ ਜੀ ਨੂੰ ਮਿਲੇ ਹੈਗੇ ਹੈ ਅਤੇ ਮੈਨੂੰ ਪਤਾ ਹੈ ਜਿੱਥੋਂ ਤੱਕ ਕਿ ਪਿੱਛੇ ਇੱਕ ਵੀਡੀਓ ਜਿਹੜੀ ਆਈ ਸੀਗੀ, ਉਸ ਵੀਡੀਓ 'ਚ ਵੀ ਅਸੀਂ ਦੇਖਿਆ ਸੀ ਕਿ ਤੁਸੀਂ ਵੀ ਉਹਨਾਂ ਦੇ ਨਾਲ ਉੱਥੇ ਗਏ ਹੋਏ ਸੀ ਅਤੇ ਕੀ ਗੱਲਬਾਤ ਜਥੇਦਾਰ ਜੀ ਨਾਲ ਹੋਈ ਉਹ ਆਪਾਂ ਬਾਅਦ 'ਚ ਕਰਾਂਗੇ। ਇੱਕ ਕੋਲ ਹੋਰ ਲੈ ਲਈਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਆਇਆਂ ਨੂੰ ਭੈਣ ਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਤਰਲੋਚਨ ਕੌਰ ਹੈ, ਅਸੀਂ ਇਟਲੀ ਤੋਂ ਬੋਲ ਰਹੇ ਹਾਂ ਜੀ। ਹਾਂਜੀ ਤਰਲੋਚਨ ਕੌਰ ਜੀ, ਭੈਣ ਜੀ ਕੀ ਕਹਿਣਾ ਚਾਹੋਗੇ? ਭਾਅ ਜੀ ਕਹਿਣਾ ਤਾਂ ਇਹ ਚਾਹੁੰਦੇ ਹਾਂ ਵੀ ਅੱਜ ਤੱਕ ਜਿੱਦਾਂ ਜਸਪਾਲ ਸਿੰਘ ਦੀ ਸ਼ਹੀਦੀ ਬਾਰੇ ਵੀ ਅੱਜ ਤੱਕ ਕਿਸੇ ਇਨਸਾਫ਼ ਦੀ ਕੋਈ ਇਹਨਾਂ ਤੋਂ ਆਸ ਹੀ ਨਹੀਂ ਰੱਖੀ ਜਾ ਸਕਦੀ, ਇਨਸਾਫ਼ ਕਦੇ ਮਿਲਿਆ ਹੀ ਨਹੀਂ ਹੈਗਾ ਆਪਾਂ ਨੂੰ। ਸਾਨੂੰ ਕਿੱਦਾਂ ਇਨਸਾਫ਼ ਮਿਲ ਸਕਦਾ, ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਹੁਣ ਇਹ ਤਾਂ ਜਦੋਂ ਪਹਿਲਾਂ ਭਾਈ ਰਾਜੂ ਆਣਾ ਦੇ ਬਾਰੇ ਉਹ ਉਹਨਾਂ ਨੇ ਸਟੈਪ ਹੀ ਨਹੀਂ ਚੱਕੇ ਸੀਗੇ ਇੱਦਾਂ ਆਪਣੇ ਕੇਸਰੀ ਨਿਸ਼ਾਨ ਸਾਹਿਬ ਨੂੰ ਲਹਿਰਾਉਣ ਦੇ, ਉਦੋਂ ਵੀ ਸੁਖਬੀਰ ਬਾਦਲ ਨੇ ਕਿਹਾ ਸੀਗਾ ਵੀ ਜੇ ਕੋਈ ਗਲਤ ਕਾਰਵਾਈ ਕਰੂਗਾ ਤਾਂ ਉਹ ਤੇ ਸਖ਼ਤ ਕਾਰਵਾਈ ਕਰੂਗੀ ਜੇ ਕੋਈ ਗਲਤ ਸਟੈਪ ਚੱਕੂਗਾ। ਹਾਂਜੀ, ਪਰ ਹੁਣ ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਵੀ ਏਦਾਂ ਦਾ ਜਿਹਨਾਂ ਦਾ ਇਕਲੌਤਾ ਬੇਟਾ ਸ਼ਹੀਦ ਹੋਇਆ ਉਹਨਾਂ ਨੂੰ ਕੁਛ ਸ਼ਾਂਤੀ ਆਉਣ ਲਈ ਕੁਛ ਨਾ ਕੁਛ ਤਾਂ ਉਹਨਾਂ ਨੂੰ ਆਪਣੇ ਆਪ ਕਰਨਾ ਚਾਹੀਦਾ। ਫਿਰ ਅਕਾਲੀਆਂ ਦੀ ਸਰਕਾਰ ਅਸੀਂ ਕੀ ਕਹਿ ਸਕਦੇ ਹਾਂ? ਬਿਲਕੁਲ ਠੀਕ ਹੈ ਭੈਣ ਜੀ, ਜ਼ਰੂਰ ਇਹ ਸਾਰਾ ਉਪਰਾਲਾ ਸਾਰਿਆਂ ਦਾ ਹੋਣਾ ਚਾਹੀਦਾ ਕਿ ਜਿਹੜੇ ਦੋਸ਼ੀ ਨੂੰ ਸਜ਼ਾਵਾਂ ਮਿਲਣ। ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਅਤੇ ਜਦੋਂ ਤੁਸੀਂ ਮਿਲੇ ਸੀਗੇ ਭਾਈ ਗੁਰਚਰਨਜੀਤ ਸਿੰਘ ਹੋਰਾਂ ਦੇ ਨਾਲ ਜਾ ਕੇ ਸ੍ਰੀ ਅਕਾਲ ਤਖ਼ਤ ਜਥੇਦਾਰ ਜੀ, ਉਹਨਾਂ ਨੂੰ ਤਾਂ ਕੀ ਗੱਲਬਾਤ ਹੋਈ ਸੀ? ਉੱਥੇ ਭਾਈ ਦਿਲਵਾਗ ਸਿੰਘ ਜੀ ਗੱਲ ਇਹ ਹੋਈ ਸੀ, ਇਹਨਾਂ ਨੂੰ ਪੁੱਛਿਆ ਗਿਆ ਸੀ ਵੀ ਉਸ ਟਾਈਮ ਜਿਸ ਦਿਨ ਭਾਈ ਜਸਪਾਲ ਸਿੰਘ ਜੀ ਦੀ ਮ੍ਰਿਤਕ ਦੇ ਉਹ ਸ਼ਹੀਦ ਦੀ ਮ੍ਰਿਤਕ ਦੇ ਘਰ ਪਈ ਸੀ, ਹਾਂਜੀ, ਉਸ ਦਿਨ ਤੁਸੀਂ ਵਾਅਦਾ ਕੀਤਾ ਸੀ, ਹਾਂਜੀ, ਔਰ ਪ੍ਰਸ਼ਾਸਨ ਤੋਂ ਇੱਕ ਚਿੱਠੀ ਮੰਗਵਾ ਕੇ ਉੱਥੇ ਸਾਈਨ ਵੀ ਕਰਵਾਏ ਸੀ ਵੀ ਇਹਨਾਂ ਨੂੰ ਮਤਲ ਕੀਤਾ ਜਾਊ, ਇਹਨਾਂ ਨੂੰ ਆਹ ਸਜ਼ਾ ਹੋਣਗੀਆਂ, ਇਹਨਾਂ ਨੂੰ ਜ਼ਰੂਰ ਤੇ ਜਿਹਨੂੰ ਜਿਹੜੀ ਸਜ਼ਾ ਦਾ ਹੱਕਦਾਰ ਹੋਊਗਾ, ਹਾਂਜੀ, ਪਰ ਉਹ ਅੱਜ ਤੱਕ ਨਹੀਂ ਹੋਇਆ ਕਿਉਂਕਿ ਇਹਨਾਂ ਨੂੰ ਕਿਹਾ ਸੀ ਵੀ ਹੁਣ ਇਹ ਪੰਥਕ, ਜਿਵੇਂ ਬੀਬੀ ਨੇ ਕਿਹਾ ਵੀ ਪੰਥਕ ਅਕਾਲੀ ਸਰਕਾਰ ਹੈ, ਹਾਂਜੀ, ਇਹਨਾਂ ਲੋਕਾਂ ਨੇ ਸ਼ਹੀਦ ਦੇ ਪਿਤਾ ਨੇ ਹੋਰਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ, ਵੀ ਉਹ ਤੁਸੀਂ ਕੀ ਉਹਨਾਂ ਨਾਲ ਗੱਲਬਾਤ ਕੀਤੀ? ਉਹ ਕਹਿੰਦੇ ਸਾਡਾ ਲਗਾਤਾਰ ਉਹਨਾਂ ਨਾਲ ਮਤਲਬ ਕੰਟੈਕਟ ਜਾਰੀ ਹੈ। ਸਰਦਾਰ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਭਰੋਸਾ ਦਵਾਇਆ ਕਿ ਮੈਂ ਆਪ ਇਹਦੇ ਵਿੱਚ ਹੋ ਕੇ ਸਾਰੀਆਂ ਇਹਨਾਂ ਨੂੰ ਸਜ਼ਾ ਦਵਾਉਂਗਾ। ਮੈਂ ਫੇਰ ਵੀ ਜਥੇਦਾਰ ਸਾਹਿਬ ਨੇ ਕਿਹਾ ਕਿ ਮੈਂ ਇਹਨਾਂ ਨਾਲ ਗੱਲ ਕਰਦਾ, ਅੱਜ ਹੀ ਕਰਦਾ, ਇਹ ਤੁਹਾਨੂੰ ਥੋੜੇ ਦਿਨਾਂ ਤੱਕ ਹੀ ਇਸਦਾ ਵਧੀਆ ਸਿੱਟਾ ਨਤੀਜਾ ਮਿਲੂਗਾ ਔਰ ਆਪਾਂ ਦੋਸ਼ੀਆਂ ਨੂੰ ਸਜ਼ਾ ਬਣਦੀ ਸਜ਼ਾ ਦਵਾਵਾਂਗੇ। ਪਰ ਉਸ ਦਿਨ ਨੂੰ ਦੇਖ ਲਓ, ਅੱਜ ਕਿੰਨੇ ਹੀ ਦਿਨ ਬੀਤ ਗਏ ਨੇ, ਨਾ ਕੋਈ ਉਹਨਾਂ ਦਾ ਬਿਆਨ ਆਇਆ ਅਖਬਾਰ ਦੇ ਵਿੱਚ। ਉਹਨਾਂ ਨੇ ਭਾਈ ਜਸਪਾਲ ਸਿੰਘ ਜੀ ਦੇ ਨਾ ਪਿਤਾ ਨਾਲ ਟੈਲੀਫੋਨ ਤੇ ਗੱਲ, ਨਾ ਕਿਸੇ ਅਕਾਲੀ ਵਰਕਰ ਨੇ ਇਲਾਕੇ ਦੇ ਵਿੱਚੋਂ, ਨਾ ਮੁੱਖ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ, ਨਾ ਹੀ ਉਹਨਾਂ ਕੋਲ ਕੋਈ ਸੁਨੇਹਾ ਭੇਜਿਆ, ਨਾ ਬੰਦਾ ਭੇਜਿਆ, ਨਾ ਕੋਈ ਮੀਡੀਆ ਦੇ ਵਿੱਚ ਗੱਲ ਆਈ। ਇਹ ਅੱਜ ਤੱਕ ਉਹ ਵਿਚਾਰਾ ਪਰਿਵਾਰ ਕੱਲ ਦੇਖਿਆ ਹੋਣਾ ਸੜਕਾਂ ਤੇ ਕਿਵੇਂ ਰੁਲ ਰਿਹਾ, ਬਿਲਕੁਲ ਜੀ, ਔਰ ਕਿਵੇਂ ਉਹ ਦਰਦ ਤੇ ਸੰਤਾਪ ਹੰਡਾ ਰਿਹਾ ਜੀ। ਉਹਨਾਂ ਨੇ ਜੇ ਇੱਕ ਤਾਂ ਆਪਣਾ ਪੁੱਤ ਸ਼ਹੀਦ ਕਰਵਾ ਲਿਆ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਸਜ਼ਾਵਾਂ ਨਹੀਂ ਮਿਲੀਆਂ, ਦਰਦ ਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ, ਤੇ ਆਪਣਾ ਸਾਡੇ ਨਾਲ ਹੁਣ ਇੰਡੀਆ ਤੋਂ ਜਥੇਦਾਰ ਮਲਕੀਤ ਸਿੰਘ ਜੀ ਜੋ ਖਾਲਸਾ ਮਿਸ਼ਨ ਦੇ ਸੇਵਾਦਾਰ ਹਨ ਉਹ ਜੁੜ ਚੁੱਕੇ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਜਥੇਦਾਰ ਜੀ, ਜੀ ਆਇਆਂ ਨੂੰ ਅੱਜ ਜਿਹੜਾ ਇਹ ਪ੍ਰੋਗਰਾਮ ਸ਼ਹੀਦ ਭਾਈ ਜਸਪਾਲ ਸਿੰਘ ਦੇ ਸੰਬੰਧ 'ਚ ਰੱਖਿਆ ਆ, ਤੁਸੀਂ ਵੀ ਉਸ ਸ਼ਹੀਦੀ ਸਮਾਗਮਾਂ ਦੇ ਵਿੱਚ ਜਾਂਦੇ ਰਹੇ ਜੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਜਦੋਂ ਭਾਈ ਗੁਰਚਰਨਜੀਤ ਸਿੰਘ ਜਿਹੜਾ ਭਾਈ ਜਸਪਾਲ ਸਿੰਘ ਦਾ ਪਰਿਵਾਰ ਉਹਨਾਂ ਦੇ ਨਾਲ ਗਏ ਸੀ, ਤੁਸੀਂ ਇਸ ਸੰਬੰਧ 'ਚ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਵੀਰ ਜੀ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਬਾਬਾ ਸੁਰਿੰਦਰ ਸਿੰਘ ਜੀ, ਹਾਂਜੀ, ਇਹ ਸੁਭਾਨੇ ਵਾਲੇ, ਇਹ ਜਿਸ ਵੇਲੇ ਵਿਚਾਰ ਕਰ ਰਹੇ ਸੀ ਪਿਛਲੇ ਪਾਸੇ ਕਮਰੇ ਵਿੱਚ ਬੈਠੇ ਸਿੰਘ ਸਾਹਿਬ ਦੇ ਨਾਲ, ਇਹ ਜਦੋਂ ਸ਼ਹੀਦੀ ਤੋਂ ਬਾਅਦ ਜਦੋਂ ਸੰਸਕਾਰ ਕਰਨਾ ਸੀ ਉਸ ਟਾਈਮ ਦੀ ਗੱਲ ਕਰਦੇ? ਹਾਂਜੀ ਹਾਂਜੀ, ਸੰਸਕਾਰ ਹਾਲੇ ਹੋਇਆ ਨਹੀਂ ਸੀ, ਹਾਂਜੀ, ਤੇ ਬਾਬਾ ਜੀ ਸਿੰਘ ਸਾਹਿਬ ਦੇ ਨਾਲ ਬੈਠੇ ਵਿਚਾਰ ਕਰ ਰਹੇ ਸੀ ਉੱਥੇ, ਬਾਬਾ ਹਰਨਾਮ ਸਿੰਘ ਧੁੰਮਾ, ਜਸਵੀਰ ਸਿੰਘ ਰੋਡੇ,
ਤੇ ਹੋਰ ਬਹੁਤ ਸਾਰੀ ਸੰਗਤ ਪਿਛਲੇ ਕਮਰੇ ਵਿਚ ਬੈਠੀ ਸੀ ਤੇ ਬਾਬਾ ਜੀ ਨੇ ਇਹ ਗੱਲ ਕਹੀ ਉਸ ਵੇਲੇ ਸਿੰਘ ਸਾਹਿਬ ਨੂੰ ਕਿ ਕਾਫੀ ਸਮਾਂ ਹੋ ਗਿਆ ਇੱਥੇ ਪੰਜਾਬ ਵਿਚ ਅਸੀਂ ਹੁਣ ਥੋੜੀ ਜਿਹੀ ਸ਼ਾਂਤੀ ਦੇਖੀ ਸੀ। ਹਾਂਜੀ, ਇਹਨਾਂ ਨੇ ਇਹ ਗੱਲ ਕਹੀ ਵੀ ਹਰ ਵਾਰੀ ਪੰਥਕ ਧਰੀਕ ਸਰਕਾਰ ਜਿਹੜੀ ਆ ਆਉਣ ਤੇ ਬੱਚਿਆਂ ਦੀਆਂ ਸ਼ਹੀਦੀਆਂ ਦਾ ਦੌਰ ਕਿਉਂ ਸ਼ੁਰੂ ਹੋ ਜਾਂਦਾ ਆ। ਹਾਂਜੀ, ਤੁਸੀਂ ਪੰਥ ਦੀ ਅਗਵਾਈ ਕਰ ਰਹੇ ਹੋ, ਸਿੰਘ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਵਾਲਿਆਂ ਨਾਲ ਇਹ ਗੱਲ ਕਰ ਰਹੇ ਸੀ ਕਿ ਤੁਸੀਂ ਪੰਥ ਦੀ ਅਗਵਾਈ ਕਰ ਰਹੇ ਹੋ, ਇਸ ਸਮੇਂ ਵਿਚ ਨੌਜਵਾਨ ਬੱਚਿਆਂ ਦੀਆਂ ਸ਼ਹੀਦੀਆਂ ਕਰਵਾ ਕੇ ਤੁਸੀਂ ਕੀ ਇਹਦੇ ਵਿਚੋਂ ਖੱਟਣਾ ਲੱਭਣਾ ਚਾਹੁੰਦੇ ਆ? ਹਾਂਜੀ, ਤੇ ਇਸ ਤਰ੍ਹਾਂ ਦੇ ਦੌਰ ਨੂੰ ਤੁਰੰਤ ਬੰਦ ਕੀਤਾ ਜਾਵੇ। ਇਹ ਮਾਸੂਮ ਬੱਚੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਨੂੰ ਮੈਂ ਅਣਜਾਈ ਨਹੀਂ ਜਾਣ ਦੇਵਾਂਗਾ, ਇਹ ਵਚਨ ਉਹਨਾਂ ਦੇ ਨਾਲ ਕਰ ਰਹੇ ਸੀ। ਇਹਨਾਂ ਨੇ ਤਿੱਖੇ ਵਚਨ ਕਰਨੇ ਸ਼ੁਰੂ ਕੀਤੇ ਜਿਸ ਵੇਲੇ ਉਹਨਾਂ ਦੇ ਨਾਲ। ਹਾਂਜੀ, ਤੇ ਇਹਨਾਂ ਨੇ ਇਹ ਵੀ ਗੱਲ ਕਹੀ ਬਈ ਮੈਂ ਇਸ ਦਾ ਤਿਲ ਤਿਲ ਕਰਕੇ ਹਿਸਾਬ ਲਵਾਂਗਾ। ਹਾਂਜੀ, ਅੱਗੇ ਤੋਂ ਕਿਸੇ ਮਾਂ ਦੇ ਬੱਚੇ ਦੀ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਮੌਤ ਵੱਲ ਨਹੀਂ ਧੱਕਣ ਦਿੱਤਾ ਜਾਵੇਗਾ। ਹਾਂਜੀ, ਜਦੋਂ ਇਹ ਗੱਲਾਂ ਭਾਈ ਬਾਬਾ ਸੁਰਿੰਦਰ ਸਿੰਘ ਜੀ ਸਿੰਘ ਸਾਹਿਬ ਦੇ ਨਾਲ ਕਰ ਰਹੇ ਸੀ, ਹਾਂਜੀ, ਤੇ ਉਸ ਵੇਲੇ ਸਿੰਘ ਸਾਹਿਬ ਜਿਹੜੇ ਆ ਉਹਨਾਂ ਦੇ ਨਾਲ ਤਲਖ ਕਲਾਮੀ ਹੋਣੀ ਸ਼ੁਰੂ ਹੋ ਗਈ ਇਹਨਾਂ ਦੀ। ਹਾਂਜੀ, ਤੇ ਜਿਸ ਵੇਲੇ ਤਲਖ ਕਲਾਮੀ ਹੋਈ ਆ ਸਿੰਘ ਸਾਹਿਬ ਗੁਰਬਚਨ ਸਿੰਘ ਉਹਨਾਂ ਦੇ ਨਾਲ ਬਾਬਾ ਸੁਰਿੰਦਰ ਸਿੰਘ ਦੀ ਉਹ ਕਮਰੇ ਦੇ ਵਿਚ, ਤੇ ਉਸ ਵੇਲੇ ਬਾਬਾ ਜੀ ਨੂੰ ਉਹਨਾਂ ਨੇ ਫਟਾਫਟ ਟਾਸਕ ਫੋਰਸ ਲਾ ਕੇ ਹਾਂਜੀ ਤੇ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਬਾਹਰ ਕੱਢ ਦਿੱਤਾ। ਹਾਂਜੀ, ਤੇ ਉਸ ਵੇਲੇ ਸੁਰਿੰਦਰ ਹਰਨਾਮ ਸਿੰਘ ਧੁੰਮਾ, ਜਸਵੀਰ ਸਿੰਘ ਰੋਡੇ ਤੇ ਹੋਰ ਬਹੁਤ ਸਾਰੇ ਉੱਥੇ ਖੜੇ ਸੀ, ਤੇ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਉੱਥੇ ਖੜੇ ਸੀਗੇ। ਹਾਂਜੀ, ਤੇ ਇਹਨਾਂ ਨੇ ਜਿਸ ਵੇਲੇ ਸਿੰਘ ਸਾਹਿਬ ਨੇ ਇਤਰਾਜ਼ ਜਤਾਇਆ ਇਹਨਾਂ ਗੱਲਾਂ ਤੇ, ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਧੱਕੇ ਮਾਰ ਕੇ ਬਾਹਰ ਕੱਢਿਆ ਟਾਸਕ ਫੋਰਸ ਲਾ ਕੇ। ਹਾਂਜੀ, ਤੇ ਫਿਰ ਉਸ ਵੇਲੇ ਢੰਡਰੀਆਂ ਵਾਲੇ ਜਿਹੜੇ ਸੰਤ ਰਣਜੀਤ ਸਿੰਘ ਆ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਦੀ ਪ੍ਰੋੜਤਾ ਕੀਤੀ ਆ ਵੀ ਇਹ ਜਿਹੜੇ ਬਾਬਾ ਸੁਰਿੰਦਰ ਸਿੰਘ ਜੀ ਆ ਇਹ ਸੱਚ ਤੇ ਪਹਿਰਾ ਦੇ ਰਹੇ ਆ ਵੀ ਇਹ ਸੱਚੀ ਗੱਲ ਕਰ ਰਹੇ ਆ, ਤੇ ਇਹਨਾਂ ਦੀਆਂ ਗੱਲਾਂ ਜਿਸ ਵੇਲੇ ਭਾਈ ਸੰਤ ਰਣਜੀਤ ਸਿੰਘ ਉਹਨਾਂ ਨੇ ਇਹ ਗੱਲਾਂ ਕੀਤੀਆਂ ਹਾਂਜੀ ਵੀ ਇਹ ਜਿਹੜਾ ਆ ਸੱਚ ਦੇ ਮਾਰਗ ਤੇ ਪਹਿਰਾ ਦੇ ਰਿਹਾ ਬਾਬਾ ਸੁਰਿੰਦਰ ਸਿੰਘ ਜੀ। ਹਾਂਜੀ, ਤੇ ਇਸ ਗੱਲ ਤੇ ਸਿੰਘ ਸਾਹਿਬ ਨੇ ਫਿਰ ਮੂੰਹ ਦੇ ਮੂਹਰੇ ਹੱਥ ਰੱਖ ਕੇ ਗੱਲ ਨੂੰ ਹਾਸੋਹੀਣੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੋਈ ਸਹੀ ਜਵਾਬ ਨਹੀਂ ਆਉਣ ਦਿੱਤਾ ਜੀ। ਤੇ ਹੁਣ ਜਿਹੜੇ ਉਹਨਾਂ ਨੇ ਆਸਵਾਸਨ ਲਏ ਸੀਗੇ ਕੀਤੇ ਸੀਗੇ ਵੀ ਇਹਨਾਂ ਦਾ ਜਿਹੜੇ ਪੂਰੀ ਕਾਰਵਾਈ ਹੋਊਗੀ, ਤੇ ਹੁਣ ਸਥਿਤੀ ਕੀ ਹੈਗੀ ਹੈ? ਅੱਜ ਦੇ ਮਾਹੌਲ ਦੀ ਗੱਲ ਕਰਦੇ ਹਾਂ ਆਪਾਂ ਕਿ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਤੇ ਅੱਗੋਂ ਜਿਹੜੀ ਹੈ ਸਾਡੇ ਪੰਥਕ ਜਥੇਬੰਦੀਆਂ ਦੀ ਕੀ ਰਣਨੀਤੀ ਹੈਗੀ, ਕੀ ਕਰਨਾ ਚਾਹੀਦਾ? ਇਹ ਪੰਥਕ ਜਥੇਬੰਦੀਆਂ ਨੂੰ ਤਾਂ ਇਕੱਠੇ ਹੋ ਕੇ ਫਿਰ ਇਸ ਗੱਲ ਲਈ ਮਜਬੂਰ ਕਰਨਾ ਪਊਗਾ ਜੀ ਸਰਕਾਰਾਂ ਨੂੰ, ਤੇ ਫੇਰ ਹੀ ਗੱਲ ਬਣ ਸਕਦੀ ਆ, ਕਿਉਂਕਿ ਇਸ ਵੇਲੇ ਸਰਕਾਰ ਦੇ ਸਿਰ ਤੇ ਕੋਈ ਜੂਨ ਨਹੀਂ ਸਰਕ ਰਹੀ ਹੈਗੀ, ਬਿਲਕੁਲ ਉਹਨਾਂ ਦੀ ਤਵੱਜੋ ਹੀ ਹੈ ਨੀ ਸਰਕਾਰ ਦੀ ਇਸ ਵਾਲੇ ਇਸ ਪਾਸੇ, ਇਸ ਸ਼ਹੀਦੀ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੇ, ਉਹ ਸਰਕਾਰ ਨਹੀਂ ਮੰਨ ਰਹੀ ਇਸ ਗੱਲ ਨੂੰ ਪੂਰੀ ਤਰ੍ਹਾਂ। ਹਾਂਜੀ, ਤੇ ਉਹ ਜਾਣੀ ਇਸ ਕਰਕੇ ਜਿਹੜੀਆਂ ਸਿੱਖ ਜਥੇਬੰਦੀਆਂ ਜੇ ਤਾਂ ਇਹ ਇਕੱਠੇ ਹੋ ਕੇ ਇਹ ਗੱਲ ਨੂੰ ਪੂਰਨ ਤੌਰ ਤੇ ਜਿੱਦਾਂ ਕਹਿਣ ਦਾ ਮਤਲਬ ਫੋਰਸਲੀ ਇਹ ਸਰਕਾਰ ਦੇ ਉੱਤੇ ਜ਼ੋਰ ਪਾਉਣ, ਇਹ ਕੋਈ ਗੱਲ ਬਣਨ ਦੀ ਸੰਭਾਵਨਾ, ਅਦਰਵਾਈਜ਼ ਇਹ ਗੱਲ ਮੇਰਾ ਖਿਆਲ ਹੈ ਹਾਲੇ ਵੀ ਕੋਈ ਏਦਾਂ ਦੀ ਨਹੀਂ ਬਣਦੀ ਹੈਗੀ, ਕੋਈ ਇਹ ਗੱਲ ਨਹੀਂ ਬਣ ਸਕਦੀ ਮੇਰਾ ਖਿਆਲ ਹੈ, ਕਿਉਂਕਿ ਬਾਹਰ ਬੈਠੇ ਗੁਰਸਿੱਖ ਵੀਰ ਜਿਹੜੇ ਹੈਗੇ ਆ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ, ਹਮੇਸ਼ਾ ਗੁਰਸਿੱਖਾਂ ਦੇ ਨਾਲ, ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਥੇ ਬੈਠੇ ਗੁਰਸਿੱਖ ਵੀਰ ਕੀ ਕਰ ਸਕਦੇ ਇਸ ਸੰਬੰਧ ਵਿੱਚ? ਹਾਂਜੀ, ਮੈਂ ਤਾਂ ਇਹ ਬੇਨਤੀਆਂ ਕਰਨਾ ਚਾਹੁੰਦਾ ਜੀ ਗੁਰਸਿੱਖ ਵੀਰ, ਜੇ ਤਾਂ ਇਹ ਕੋਈ ਸਰਕਾਰ ਤੱਕ ਇਹਨਾਂ ਦੀ ਕੋਈ ਪਹੁੰਚ ਹੈਗੀ ਆ ਜਾਂ ਸਰਕਾਰ ਤੇ ਜ਼ੋਰ ਕਿਸੇ ਤਰੀਕੇ ਨਾਲ ਪਾਉਣ ਜੀ, ਤੇ ਸਰਕਾਰ ਹੀ ਇਹ ਜਿੱਦਾਂ ਹੁਣ ਬਾਬਾ ਜੀ ਆ ਇਹਨਾਂ ਦੀ ਮੈਂ ਗੱਲ ਕਰਦਾ, ਇਹਨਾਂ ਨੇ ਜਿੰਨੇ ਇੱਥੇ ਮਾਰਚ ਹੋਏ ਆ ਜਾਂ ਇਹ ਸ਼ਹੀਦ ਜਸਪਾਲ ਸਿੰਘ ਦੇ ਬਾਰੇ ਜਿੰਨੇ ਕੋਈ ਪ੍ਰੋਗਰਾਮ ਹੋਏ ਇਹਨਾਂ ਨੇ ਵੱਧ ਚੜ ਕੇ ਮੂਹਰੇ ਕੋਸ਼ਿਸ਼ ਕੀਤੀ ਆ, ਔਰ ਮੈਂ ਵੀ ਇਹ ਚਾਹੁੰਦਾ ਆ ਅਸੀਂ ਵੀ ਨਾਲ ਇਹਨਾਂ ਦੇ ਗਏ ਆ ਬਾਬਾ ਜੀ ਦੇ ਨਾਲ, ਤੇ ਬਹੁਤ ਸਾਰੀਆਂ ਹੋਰ ਸਿੱਖ ਸੰਗਤਾਂ ਜਿੱਦਾਂ ਡਾਕਟਰ ਜਸਪਾਲ ਸਿੰਘ ਜਲੰਧਰ ਵਾਲੇ ਜਾਂ ਹੋਰ ਬਹੁਤ ਸਾਰੇ ਵੀਰ ਇਕੱਠੇ ਹੋ ਕੇ ਇਹਨਾਂ ਦੇ ਨਾਲ ਅਸੀਂ ਤੁਰੇ ਆ, ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜੀ ਆ ਜਿੱਦਾਂ ਹੁਣ ਨਿਵਕਰਨ ਸਿੰਘ ਆ ਵਕੀਲ ਸਾਹਿਬ ਤੇ ਆਪਣੇ ਸ਼੍ਰੋਮਣੀ ਕਮੇਟੀ ਤੋਂ ਐਡਵੋਕੇਟ ਜਸਵਿੰਦਰ ਸਿੰਘ ਉਹ ਵੀ ਸਾਡੇ ਨਾਲ ਸੀਗੇ, ਬੜੀ ਅਸੀਂ ਕੋਸ਼ਿਸ਼ ਕੀਤੀ ਨੱਠ ਭੱਜ ਕੀਤੀ ਆ ਵੀ ਇਹ ਕੋਈ ਜਾਂਚ ਜਿਹੜੀ CBI ਦੇ ਦੁਆਰਾ ਜਾਂ ਕਿਸੇ ਤਰੀਕੇ ਨਾਲ ਇਹ ਗੱਲ ਸਾਹਮਣੇ ਆਵੇ ਤੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਮਿਲਣ,
ਜਿਹੜੇ ਇਨਵੋਲਵ ਆ ਇਸ ਕੰਮ ਦੇ ਵਿੱਚ। ਬਾਹਰਲੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰ ਦੇ ਉੱਤੇ ਕਿਸੇ ਤਰੀਕੇ ਨਾਲ ਦਬਾਅ ਪਾਉਣ, ਜਿਹਦੇ ਨਾਲ ਇਹ ਗੱਲ ਆਪਣੀ ਜਿਹੜੀ ਆ ਇਹ ਸਰਕਾਰ ਸੁਣੇ, ਤਾਂ ਫੇਰ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ। ਠੀਕ ਹੈ ਜਥੇਦਾਰ ਜੀ, ਬਹੁਤ ਧੰਨਵਾਦ ਤੁਸੀਂ ਇਸ ਸਮੇਂ ਤੱਕ ਸਾਡੇ ਨਾਲ ਲਾਈਨ ਤੇ ਬਣ ਕੇ ਤੇ ਸਾਰੀ ਜਾਣਕਾਰੀ ਸੰਗਤਾਂ ਨੂੰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕੋਲ ਹੋਰ ਲੈ ਲਈਏ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੈਲੋ। ਹਾਂਜੀ ਫਤਿਹ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦਾ ਜੀ? ਹਾਂਜੀ ਕੀ ਕਹਿਣਾ ਚਾਹੋਗੇ ਬਰ ਸਾਹਿਬ? ਹੁਣ ਅੱਜ ਦੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਆ ਜੀ। ਇਸ ਟਾਈਮ ਤੁਸੀਂ ਦੇਖੋ ਜੀ, ਵੀ ਪਹਿਲੀ ਗੱਲ ਤਾਂ ਉਹਨਾਂ ਨੇ ਉਹਨਾਂ ਦਾ ਟੈਲੀਫੋਨ ਉਹਨਾਂ ਦੇ ਪਿਤਾ ਦਾ ਆਇਆ ਸੀ ਕਿ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੇ ਅਗਵਾਈ ਕੀਤੀ ਸੀ। ਹਾਂਜੀ ਤੇ ਹੁਣ ਵੀ ਬਾਬਾ ਜੀ ਇੱਥੇ ਬੈਠੇ ਨੇ, ਉਹਨਾਂ ਨੇ ਖਾਸ ਕਰਕੇ ਇਹੀ ਪੰਥਕ ਸਰਕਾਰ ਦੀਆਂ ਖਾਸ ਕਰਕੇ ਸੱਚੇ ਸਿੰਘ ਨੇ। ਹਾਂਜੀ ਤੇ ਮੈਂ ਤਾਂ ਉਹਨਾਂ ਤੋਂ ਮਾਫੀ ਵੀ ਚਾਹਾਂਗਾ। ਮੈਂ ਕਹੂੰਗਾ ਵੀ ਆਪਦੇ ਪਿਓ ਦੇ ਪੁੱਤ ਨੇ ਜਿਹੜੀ ਉਹ ਗੁਰੂ ਦੇ ਸਿੰਘ ਸੱਚੇ ਨੇ, ਉਹ ਜਿਹੜੀ ਸੱਚੀ ਗੱਲ ਇਹਨਾਂ ਨੂੰ ਕਰਦੇ ਨੇ, ਤੇ ਉਹ ਪੰਥਕ ਸਰਕਾਰ ਨੂੰ ਉਹਨਾਂ ਦੀ ਗੱਲ ਬਹੁਤ ਭੈੜੀ ਲੱਗਦੀ ਹੈ। ਹਾਂਜੀ ਤੇ ਦੂਜੀ ਗੱਲ ਇਹ ਹੈਗੀ ਆ ਜੀ, ਹੁਣ ਜਦੋਂ ਵੀ ਬਾਦਲ ਸਾਹਿਬ ਵੋਟਾਂ ਮੰਗਦੇ ਆ ਉਹ ਕਹਿੰਦੇ ਜੀ ਪੰਥ ਨੂੰ ਖਤਰਾ। ਹਾਂਜੀ ਪਹਿਲਾਂ ਮੰਗਦੇ ਸੀ ਵੋਟਾਂ, ਉਹਨਾਂ ਨੂੰ ਪੰਥ ਨੂੰ ਖਤਰਾ ਹੈ ਤੇ ਪੰਥ, ਹੁਣ ਤਾਂ ਪੰਥਕ ਸਰਕਾਰ ਹੈ ਤੇ ਪੰਥ ਦੇ ਸਿੰਘਾਂ ਨਾਲ ਇਹ ਕੀ ਨਿਆਂ ਹੈ ਜੀ ਇਸ ਟਾਈਮ ਇਸ ਗੌਰਮੈਂਟ ਦਾ। ਹਾਂਜੀ ਤੇ ਦੂਜਾ ਇਹਨਾਂ ਨੇ ਬੀਜੇਪੀ ਜਿਹੜਾ ਲਾਇਆ ਹੋਇਆ ਸੁਮੇਧ ਸਿੰਘ, ਉਹ ਤਾਂ ਸਾਡੇ ਖਾਲਸਾ ਤੋਂ ਉਹਦੀਆਂ ਕੁਰਬਾਨੀਆਂ ਦਾ ਹਰ ਬੰਦੇ ਨੂੰ ਪਤਾ ਜੀ, ਹਰ ਸਰਕਾਰ ਨੂੰ ਪਤਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਡੀਜੀਪੀ ਲਾਏ ਗਏ ਹੈਗੇ ਸੁਮੇਧ ਸੈਣੀ, ਉਹ ਬਹੁਤ ਜ਼ਿਆਦਾ ਜਿਹੜੇ ਸਿੰਘ ਹੋਏ ਆ ਉਹਨਾਂ ਨੂੰ ਸ਼ਹੀਦ ਕਰਨ ਵਿੱਚ ਉਹਨਾਂ ਦਾ ਹੱਥ ਜਿਹੜਾ ਇਸ ਗੱਲ ਤੋਂ। ਹੁਣ ਸਾਡੇ ਜਿਹੜੇ ਪੰਥਕ ਜਥੇਦਾਰ ਨੇ, ਸਾਡੇ ਜਥੇਦਾਰਾਂ ਨੂੰ ਇਹ ਚਾਹੀਦਾ ਹੈਗਾ ਵੀ ਸਾਡੇ ਸਿੰਘ ਦੇ ਸ਼ਰੇਆਮ ਪੁਲਿਸ ਨੇ, ਹਾਂਜੀ ਸਭ ਆਈ ਟੀਵੀ ਤੇ ਸਭ ਦੁਨੀਆ ਨੇ ਦੇਖਿਆ ਵੀ ਉਹ ਕਿੱਦਾਂ ਉਹਨਾਂ ਨੇ ਨੰਗਾ ਨਾਚ ਨੱਚਾ, ਸਿੱਧੀਆਂ ਗੋਲੀਆਂ ਮਾਰੀਆਂ, ਇਹ ਸਿੰਘ ਸ਼ਹੀਦ ਕੀਤਾ ਜਸਪਾਲ ਸਿੰਘ, ਤੇ ਹਰ ਬੱਚੇ ਬੱਚੇ ਨੂੰ ਪਤਾ ਹੈਗਾ ਜੀ। ਇਹਨਾਂ ਨੂੰ ਹੁਣ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਵੀ ਏਡੀ ਛੇਤੀ 2 ਮਹੀਨਿਆਂ ਦੀ ਫੈਸਲਾ ਹੋ ਗਿਆ ਵੀ ਉਹ ਉਹਨਾਂ ਨੂੰ ਬਰੀ ਕਰ ਰਹੇ ਨੇ, ਇਹ ਕਿੱਡਾ ਧੱਕਾ ਜੀ ਸਾਡੇ ਮਤਲਬ ਸਿੱਖਾਂ ਨਾਲ। ਇਹ ਬਿਲਕੁਲ ਬਰਾੜ ਸਾਹਿਬ ਤੁਹਾਡੀ ਹੁਣ ਮਾਫ਼ ਕਰਨਾ ਜੀ, ਅੱਗੇ ਕਹਿੰਦੇ ਨੇ ਕਾਂਗਰਸ ਸਰਕਾਰ ਏਦਾਂ ਕਰ ਰਹੀ ਹੈ, ਚੱਲ ਅਸੀਂ ਉਸ ਤੇ ਵੀ ਟਿੱਪਣੀ ਕਰਨੀ ਜਾਇਜ਼ ਸਮਝਦੇ ਹਾਂ, ਪਰ ਅੱਜ ਤਾਂ ਪੰਥਕ ਸਰਕਾਰ ਆਈ ਸਾਡੀ। ਬਿਲਕੁਲ ਬਰਾੜ ਸਾਹਿਬ ਤੁਹਾਡੀ ਗੱਲ ਸਹੀ ਹੈ ਜੀ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਲਸ ਬਹੁਤ ਜ਼ਿਆਦਾ ਜਿਹੜੀਆਂ ਲਾਈਨ ਤੇ ਹੋ ਗਈਆਂ ਨੇ ਤੇ ਆਪਾਂ ਗੱਲਬਾਤ ਵੀ ਜਾਰੀ ਰੱਖਣੀ ਹੈਗੀ ਹੈ। ਇੱਕ ਕਾਲ ਲੈ ਕੇ ਆਪਾਂ ਤੁਹਾਡੇ ਕੋਲ ਆਵਾਂਗੇ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦੇ ਜੀ? ਭਾਈ ਸਾਹਿਬ ਜੀ ਮੈਂ ਪੁਰਤਗਾਲ ਤੋਂ ਹਰਦੀਪ ਸਿੰਘ ਬੋਲ ਰਿਹਾ ਜੀ। ਹਾਂਜੀ ਭਾਜੀ ਜੀ ਆਇਆਂ ਨੂੰ ਕੀ ਕਹਿਣਾ ਚਾਹੋਗੇ ਜੀ? ਇੱਕ ਤੇ ਭਾਈ ਸਾਹਿਬ ਜੀ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਕੱਲ ਪ੍ਰੋਗਰਾਮ ਦੇਖਿਆ ਜਿਹੜਾ ਕੱਲ ਉੱਥੇ ਗੁਰਦਾਸਪੁਰ ਪ੍ਰੋਗਰਾਮ ਹੋ ਰਿਹਾ ਸੀ, ਹਾਂਜੀ ਉਹਦੇ ਵਿੱਚ ਇਹ ਚੀਜ਼ ਸੀ ਕਿ SSP ਸਾਹਿਬ ਵੀ ਕਹਿ ਰਹੇ ਸੀ ਕਿ ਮੇਰੀ ਜ਼ਿੰਮੇਵਾਰੀ ਬਣਦੀ ਅਮਨ ਕਾਨੂੰਨ ਦੀ, ਮੈਂ ਤੁਹਾਨੂੰ ਸ਼ਹਿਰ ਚ ਨਹੀਂ ਜਾਣ ਦਿਆਂਗਾ। ਇੱਕ ਸਵਾਲ ਬਣਦਾ ਕਿ ਉਦਣ ਉਹਨਾਂ ਦੀ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਕਿੱਥੇ ਸੀ ਜਿਸ ਦਿਨ ਜਸਪਾਲ ਸਿੰਘ ਸ਼ਹੀਦ ਹੋਇਆ? ਬਿਲਕੁਲ ਸਹੀ। ਹਾਂਜੀ ਦੂਸਰੀ ਗੱਲ ਇਹ ਹੈ ਜੀ ਵੀ ਆਪਾਂ ਜਦੋਂ ਇਹ ਗੱਲਾਂ ਕਰਦੇ ਹਾਂ ਤੇ ਜੇ ਆਪਣੇ ਜਥੇਦਾਰ ਸਾਹਿਬ ਜਦੋਂ ਵੀ ਬਾਹਰ ਕਿਸੇ ਵੀ ਕੰਟਰੀ ਚ ਆਉਂਦੇ ਆ ਤੇ ਸਾਨੂੰ ਉਹਨਾਂ ਨੂੰ ਸਟੇਜ ਤੇ ਇਹਨਾਂ ਦੇ ਸਵਾਲਾਂ ਦੇ ਜਵਾਬ ਮੰਗਣੇ ਚਾਹੀਦੇ ਕਿ ਤੁਸੀਂ ਜਿਹੜੀਆਂ ਉਦਣ ਗੱਲਾਂ ਕਹੀਆਂ ਸੀਗੀਆਂ ਉਹ ਪੂਰੀਆਂ ਕਿਉਂ ਨਹੀਂ ਹੋਈਆਂ। ਹਾਂਜੀ ਔਰ ਤੀਸਰੀ ਗੱਲ ਜਿਹੜੀ ਹੈ ਕਿ ਦਾਸ ਇਹ ਕਹਿਣੀ ਚਾਹੁੰਦਾ ਜਿੱਦਾਂ ਆਪਾਂ ਕਹਿੰਦੇ ਆਪਾਂ ਬਾਹਰ ਬੈਠੇ ਕੀ ਕਰ ਸਕਦੇ ਹਾਂ, ਗੌਰਮੈਂਟ ਤੇ ਆਪਾਂ ਦਬਾਅ ਕਿਵੇਂ ਬਣਾ ਸਕਦੇ ਹਾਂ। ਹਾਂਜੀ ਜਦੋਂ ਸਾਡੇ ਇੰਗਲੈਂਡ ਜਾਂ ਹੋਰ ਕੰਟਰੀਆਂ ਦੇ ਵਿੱਚ ਇਹਨਾਂ ਦੇ ਅਕਾਲੀ ਦਲ ਬਾਦਲ ਦੇ ਯੂਨਿਟ ਬਣੇ ਹੋਏ ਨੇ, ਹਾਂਜੀ ਔਰ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਬੜੇ ਪਾਵਰਫੁਲ ਹਾਂ, ਹਾਂਜੀ ਇੰਗਲੈਂਡ ਵਿੱਚ ਵੀ ਹੈ ਤੇ ਉਹਨਾਂ ਵੀਰਾਂ ਨੂੰ ਬੜੇ ਸੁਲਝੇ ਹੋਏ ਵੀਰ ਆ ਤੇ ਉਹਨਾਂ ਨੂੰ ਲਿਆ ਕੇ ਇੱਥੇ ਬਿਠਾਓ ਤੇ ਉਹਨਾਂ ਕੋਲ ਇਹ ਸਵਾਲ ਕਰੋ ਤੇ ਉਹਨਾਂ ਦੇ ਰਾਹੀਂ ਜਿਹੜਾ ਵਾ ਇਹਨਾਂ ਤੇ ਬਾਦਲ ਉਹਨਾਂ ਤੇ ਦਬਾਅ ਪਾਓ, ਉਹਨਾਂ ਨੂੰ ਇਹ ਚੀਜ਼ ਭਾਈ ਸਾਹਿਬ ਮਹਿਸੂਸ ਕਰਾਓ ਕਿ ਤੁਹਾਡੀ ਹਿੱਸੇਦਾਰੀ ਬਾਦਲ ਦਲ ਦੇ ਵਿੱਚ ਸਿਰਫ ਇੱਥੇ ਆਇਆਂ ਨੂੰ ਸਿਰੋ ਪਾਓ ਦੇ ਕੇ ਪੈਸੇ ਦੇਣ ਦੀ ਆ, ਜਾਂ ਜਦੋਂ ਤੁਸੀਂ ਵੋਟਾਂ ਆਪਣੇ ਰਿਸ਼ਤੇਦਾਰਾਂ ਦੀਆਂ ਪਵਾਉਂਦੇ ਹੋ ਜੋ ਪੰਜਾਬ ਦੇ ਵਿੱਚ ਕੋਈ DGP ਲਾਉਣਾ ਜਾਂ ਕੋਈ ਕੰਮ ਕਰਨਾ ਉਹਦੇ ਵਿੱਚ ਤੁਹਾਡੀ ਕੋਈ ਹਿੱਸੇਦਾਰੀ ਹੈ ਜਾਂ ਤੁਹਾਡੀ ਹਿੱਸੇਦਾਰੀ ਇੰਨੀ ਆ ਕਿ ਜਦੋਂ ਇੰਡੀਆ ਗਏ ਤੇ ਇੱਕ ਫੋਟੋ ਨਾਲ ਖਿਚਾ ਲਈ ਤੇ ਇੱਕ ਸਿਰੋ ਪਾਓ ਲੈ ਲਿਆ? ਤੁਹਾਡਾ ਮੈਸੇਜ ਸਾਰਿਆਂ ਨੇ ਸੁਣਿਆ, ਉਹਨਾਂ ਵੀਰਾਂ ਨੇ ਵੀ ਸੁਣਿਆ ਹੋਣਾ ਜ਼ਰੂਰ, ਅਸੀਂ ਉਹਨਾਂ ਨੂੰ ਇੱਥੇ ਜ਼ਰੂਰ ਸੱਦਾਂਗੇ ਵੀ ਤੇ ਉਹਨਾਂ ਤੱਕ ਮੈਸੇਜ ਪਹੁੰਚਿਆ ਤੇ ਇਹ ਅਸੀਂ ਬੇਨਤੀ ਤੁਹਾਡੇ ਵਾਲੀ ਬਿਲਕੁਲ ਉਹਨਾਂ ਨੂੰ ਕਰ ਰਹੇ ਹਾਂ ਕਿ ਉਹ ਜ਼ਰੂਰ ਆਪਣਾ ਜਿਹੜਾ ਹੈਗਾ ਪ੍ਰਭਾਵ ਜਿੰਨਾ ਵੀ ਉਹਨਾਂ ਦਾ ਪੈ ਸਕਦਾ ਪਾ ਕੇ ਤੇ ਇਸ ਸੰਬੰਧ 'ਚ ਕਾਰਵਾਈ ਕਰਨੀ ਚਾਹੀਦੀ ਹੈ। ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਤੁਸੀਂ ਦੇਖਿਆ ਸੰਗਤਾਂ ਦੇ ਵਿੱਚ ਕਿੰਨਾ ਰੋਸ ਹੈਗਾ ਇਸ ਸੰਬੰਧ ਦੇ ਵਿੱਚ, ਤੇ ਹੁਣ ਤੁਸੀਂ ਜਿਹੜੇ ਆਪਣਾ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ? ਮੈਂ ਜਿਵੇਂ ਹੁਣ ਇਹ ਭਾਈ ਸਾਹਿਬ ਜੀ ਦਾ ਆਇਆ ਸੀ ਕਿ ਜਥੇਦਾਰ ਸਾਹਿਬਾਂ ਨੂੰ ਜਿਹੜੇ ਇੱਥੇ ਆਉਂਦੇ ਹੈ ਉਹਨਾਂ ਨੂੰ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ, ਔਰ ਇਹ ਪੁੱਛਿਆ ਵੀ ਗਿਆ ਸੀ। ਹੁਣ ਪਿਛੇ ਇੰਡੀਆ ਦੇ ਵਿੱਚੋਂ ਵੀ ਫੋਨ ਆਇਆ ਸੀ ਭਾਈ ਮਲਕੀਤ ਸਿੰਘ ਜੀ ਦਾ, ਇਹ ਉਸ ਟਾਈਮ 29 ਤਰੀਕ ਨੂੰ ਭਾਈ ਦਿਲਵਾਕ ਸਿੰਘ ਜੀ ਉਹਨਾਂ ਨੂੰ ਪੁੱਛਿਆ ਹੀ ਗਿਆ ਸੀ। ਉਹਨਾਂ ਨੂੰ ਮੈਂ 18 ਸਵਾਲ ਕੀਤੇ ਸੀ, 18 ਸਵਾਲਾਂ ਦਾ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਜਿੱਥੇ ਸੰਤ ਰਣਜੀਤ ਸਿੰਘ ਜੀ ਟੱਡੀਆਂ ਵਾਲੇ ਬੈਠੇ ਸੀ, ਉਹਨਾਂ ਦੇ ਨਾਲ ਹੀ ਹਰਨਾਮ ਸਿੰਘ ਜੀ ਧੁੰਮਾ ਦਮਦਮੀ ਟਕਸਾਲ ਦੇ ਜੋ ਮੁਖੀ ਆ ਉਹ ਬੈਠੇ ਸੀ, ਨਾਲ ਜਸਵੀਰ ਸਿੰਘ ਰੋਡੇ ਤੇ ਹੋਰ ਸਿੱਖ ਜਥੇਬੰਦੀਆਂ ਇੱਕ ਬੰਦ ਕਮਰੇ ਦੇ ਵਿੱਚ ਸੋਚ ਰਹੀਆਂ ਸੀ ਵੀ ਇਸ ਨੂੰ ਕੀ ਕੀਤਾ ਜਾਵੇ। ਪ੍ਰਸ਼ਾਸਨ ਨਾਲ ਲਗਾਤਾਰ ਸਾਡਾ ਸੰਬੰਧ ਬਣਿਆ ਹੋਇਆ ਸੀ, ਉੱਪਰ ਬਾਦਲ ਸਰਕਾਰ ਨਾਲ ਵੀ ਬਣਿਆ ਹੋਇਆ ਸੀ, ਔਰ ਬਾਦਲ ਸਰਕਾਰ ਉਸ ਟਾਈਮ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇਹ ਵੀ ਕਿਹਾ ਸੀ ਵੀ ਤੂੰ ਇੱਥੇ ਕੀ ਕਰਨਾ ਆ, ਦੇਖੋ ਸਾਡੀ ਪੰਥਕ ਸਰਕਾਰ ਸਿੰਘ ਸ਼ਹੀਦ ਕਰਕੇ ਉੱਥੇ ਪਹੁੰਚੇ। ਫਿਰ ਉਹਨਾਂ ਦਾ ਦਬਾਅ ਇਹਨਾਂ 'ਤੇ ਪਾ ਰਿਹਾ ਸੀ ਵੀ ਇਹਨਾਂ ਨੂੰ ਸੌਟ ਅੱਟ ਕਰੋ, ਜਿਵੇਂ ਮਰਜ਼ੀ ਕਰੋ, ਤੁਸੀਂ ਸੰਸਕਾਰ ਕਰਵਾਓ। ਮੈਂ ਉੱਥੇ ਇਹ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸੰਸਕਾਰ ਕਰਨ ਦੇ ਮੈਂ ਹੱਕ ਵਿੱਚ ਨਹੀਂ ਹਾਂ। ਜਿਹੜੇ ਭਾਈ ਜਸਵਾਲ ਸਿੰਘ ਜੀ ਹੈ, ਜਿਨ੍ਹਾਂ ਚਿਰ ਇਹਨਾਂ ਦੀ ਸ਼ਹੀਦੀ ਦਾ ਮੁੱਲ ਨਹੀਂ ਪੈ ਜਾਂਦਾ, ਉਹਨਾਂ ਨੂੰ ਅੱਜ ਸਪੈਸ਼ਲ ਕੋਰਟ ਬਿਠਾਓ, ਸਪੈਸ਼ਲ ਜੱਜ ਬੈਠੇ, ਸਪੈਸ਼ਲ ਉਹਨਾਂ ਨੂੰ ਪੇਸ਼ ਹੋਵੋ। ਵੀਡੀਓ ਸਾਡੇ ਕੋਲ ਹੈ, 300 ਗੋਲੀ ਵਿੱਚ ਚੱਲੀ ਹੈ, ਕੁਛ ਖੋਲ ਸਾਡੇ ਕੋਲ ਨੇ, AK-47 ਦੇ 6 ਕੋਲ ਔਰ 9mm ਪਿਸਟਲ ਦਾ 1 ਖੋਲ ਆਪਣੇ ਕੋਲ ਸੀ, ਔਰ ਸਾਡੇ ਕੋਲ ਪੂਰੇ ਸਬੂਤ ਹੈ। ਉਹ ਸਬੂਤਾਂ ਦੇ ਆਧਾਰ ਤੇ ਸਪੈਸ਼ਲ ਕੋਰਟ ਬਿਠਾ ਕੇ ਇਹਨਾਂ ਨੂੰ ਹੁਣੇ ਸਜ਼ਾਵਾਂ ਦਿੱਤੀਆਂ ਜਾਣ, ਪਰ ਪੂਰੀ ਘੋਖ ਕੀਤੀ ਜਾਵੇ ਵੀ ਗੋਲੀ ਦਾ ਹੁਕਮ ਕਿਹਨੇ ਦਿੱਤਾ। ਇਹ ਕੋਈ ਖਾਲਾ ਜੀ ਦਾ ਵਾੜਾ ਥੋੜਾ, ਗੋਲੀ ਚਲਾ ਦੋ। ਭੱਜੇ ਜਾਂਦਿਆਂ ਦੇ ਉੱਤੇ ਤਾਂ ਬਿਲਕੁਲ ਨਹੀਂ, ਉਹ ਬੱਚੇ ਨਦਾਨ, ਛੋਟੀ ਉਮਰ ਦੇ ਬੱਚਿਆਂ ਦੇ ਉੱਤੇ ਗੋਲੀਆਂ ਚਲਾ ਦੇਣੀਆਂ, ਇਹ ਇੱਕ ਸਰਿਆਮ ਧੱਕਾ ਨਹੀਂ ਹੈ, ਇਹ ਇੱਕ ਚਪੇੜ ਹੈ ਸਿੱਖ ਕੌਮ ਦੇ ਮੂੰਹ ਉੱਤੇ ਵੀ ਜੇ ਸੁਧਰ ਨਾ ਸੁਧਰ ਜਾਓ ਤੁਹਾਡੇ ਨਾਲ ਇਦੋਂ ਵੀ ਭੈੜੀਆਂ ਹਰਕਤਾਂ ਹੋਣੀਆਂ ਨੇ ਅੱਗੇ ਆ ਕੇ, ਤੁਹਾਡਾ ਕੋਈ ਦਰਦ ਹੀ ਨਹੀਂ, ਤੁਹਾਡਾ ਬਾਂਹ ਫੜਨ ਵਾਲਾ ਕੋਈ ਨਹੀਂ, ਤੁਹਾਡੇ ਨਾਲ ਸਰਿਆਮ ਧੱਕੇ ਹੋਣਗੇ। ਇਹ ਸਾਡੇ ਇੱਕ ਮੂੰਹ ਤੇ ਚਪੇੜ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਸ਼ਹੀਦ ਭਾਈ ਜਸਪਾਲ ਸਿੰਘ ਦੀ ਸੰਸਕਾਰ ਹੋਵੇ। ਮੈਂ ਇਹਨਾਂ ਦੇ ਭਰਾ ਆਪਣੇ ਪਿਤਾ ਜੀ ਨਾਲ ਗੁਪਤ ਮੀਟਿੰਗ ਕੀਤੀ ਸੀ। ਉਦੋਂ ਮੇਰੇ ਨਾਲ UK ਤੋਂ ਭਾਈ ਭੁਪਿੰਦਰ ਸਿੰਘ ਜੀ ਦੇ ਲੜਕੇ ਧਨਵੰਤ ਸਿੰਘ ਔਰ ਅਮਰਿੰਦਰ ਸਿੰਘ, USA ਤੋਂ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਦੇ ਲੜਕੇ ਭਾਈ ਜੁਝਾਰ ਸਿੰਘ, ਨੂਰ ਮਹਿਲ ਤੋਂ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਔਰ ਡਾਕਟਰ ਜਸਪਾਲ ਸਿੰਘ ਜੀ ਹੋਰ ਜਲੰਧਰ ਤੋਂ, ਕਾਫੀ ਸਿੱਖਾਂ ਦੇ ਦਰਦੀ ਲੋਕ ਮੇਰੇ ਨਾਲ ਸੀ। ਇਹਨਾਂ ਦੇ ਦਾਦਾ ਸ਼ਹੀਦ ਦੇ ਭਾਈ ਜਸਪਾਲ ਸਿੰਘ ਦੇ ਗਿਆਨ ਸਿੰਘ ਜੀ ਉਹਨਾਂ ਨੂੰ ਬੁਲਾਇਆ, ਇਹਨਾਂ ਦੀ ਮਾਤਾ ਨੂੰ ਬੁਲਾਇਆ, 3 ਜਾਣੇ ਇਹ ਮੈਂਬਰ ਸੀ। ਮੈਂ ਇਹਨਾਂ ਨੂੰ ਇਹ ਗੱਲ ਕਿਹਾ ਸੀ ਕਿ ਤੁਸੀਂ ਅੱਜ ਦੀ ਰਾਤ ਮੈਨੂੰ ਦੇ ਦਿਓ, ਤੁਸੀਂ ਅਗਰ ਅੱਜ ਮੈਨੂੰ ਇੱਕ ਰਾਤ ਦੇ ਦੇਣ, ਇੱਕ ਰਾਤ ਭਾਈ ਜਸਪਾਲ ਸਿੰਘ ਜੀ ਨੂੰ ਸੰਸਕਾਰ ਨਾ ਕਰੋ, ਮੈਂ ਇਸ ਧਰਤੀ ਨੂੰ ਹਿਲਾ ਦੇਣਾ, ਇੰਡੀਆ ਗੌਰਮੈਂਟ ਨੂੰ ਹਿਲਾ ਦੇਣੀ ਹੈ। ਉਦੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਮੇਰੇ ਪਰਮ ਮਿੱਤਰ ਨੇ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ, ਇੱਕ ਦਿਨ ਪਹਿਲਾਂ ਮੈਂ ਉਹਨਾਂ ਕੋਲ ਗਿਆ ਸੀ ਜੇਲ੍ਹ 'ਚ, ਬੜੀ ਕੋਸ਼ਿਸ਼ ਕੀਤੀ, ਬੜੀ ਕੋਸ਼ਿਸ਼ ਕਰਨ ਦੇ ਬਾਅਦ ਮੈਂ ਰਾਤ 12 ਵਜੇ ਤੱਕ ਲੱਗਿਆ ਰਿਹਾ ਨਕੋਦਰ SDM ਦੇ ਨਾਲ ਕਿ ਇਹਨਾਂ ਨੂੰ ਮੈਂ ਕਿਸੇ ਤਰੀਕੇ ਨਾਲ ਕਢਾ ਦਾਂਗਾ, ਮੇਰੀ ਮਦਦ ਕਰ ਸਕਦੇ ਹੈ। ਮੇਰਾ ਇੱਕ ਮੁੱਦਾ ਸੀ ਬਣਾਇਆ ਹੋਇਆ, ਸਾਡੀ ਸੰਸਦਾ ਦਾ, ਉਹਨਾਂ ਗੁਰਸਿੱਖਾਂ ਦਾ ਮੁੱਦਾ ਬਣਾਇਆ ਸੀ, ਜੇ ਗੌਰਮੈਂਟ ਸਾਤੋਂ ਇੱਕ ਕਦਮ ਅੱਗੇ ਆ, ਅਸੀਂ 10 ਕਦਮ ਅੱਗੇ ਪਈਏ। ਮੇਰਾ ਇਹ ਮਕਸਦ ਸੀ ਕਿ ਮੈਂ ਭਾਈ ਜਸਪਾਲ ਸਿੰਘ ਜੀ ਦੀ ਮ੍ਰਿਤਕ ਬਾਡੀ ਨੂੰ, ਦੇਹ ਨੂੰ ਲੈ ਕੇ ਕਿਸੇ ਤਰੀਕੇ ਨਾਲ ਗੁਪਤ, ਸਾਡੀ ਸਕੀਮ ਸੀ ਦਿੱਲੀ ਰਾਸ਼ਟਰਪਤੀ ਦੇ ਭਵਨ ਦੇ ਅੱਗੇ ਜਾਂ ਰਾਸ਼ਟਰਪਤੀ ਦੇ ਘਰ ਦੇ ਅੱਗੇ, ਦਾਦੀ ਵੀ ਸਾਡਾ ਕੌਣ ਹੈ ਸਿੱਖਾਂ ਦਾ, ਹਿੰਦੁਸਤਾਨ 'ਚ ਦੱਸੋ ਸਾਡਾ ਕਿਹੜਾ ਘਰ, ਅਸੀਂ ਕਿੱਥੇ ਜਾਈਏ, ਜਦੋਂ ਕੁਰਬਾਨੀਆਂ ਕਰਨੀਆਂ ਨੇ ਸਾਡੀ ਫੌਜ ਨੂੰ ਅੱਗੇ ਦੇ ਦਿੰਦੇ ਆ, ਜਿੱਥੇ ਕਿਤੇ ਕਾਰਗਿਲ 'ਚ ਲੜਾਈ ਹੈ, ਜਿੱਥੇ ਕਿਤੇ ਮਰਨ ਦਾ ਸ਼ਹੀਦੀਆਂ ਦਾ ਮੌਕਾ ਸਾਨੂੰ ਦਿੰਦੇ ਆ, ਜਿੱਥੇ ਕਿਤੇ ਫੈਸਲਟੀਆਂ ਲੈਣੀਆਂ ਨੇ ਇਹ ਆਪ ਅੱਗੇ ਹੁੰਦੇ ਆ,
ਔਰ ਮੇਰੀ ਇਹ ਬਹੁਤ ਵੱਡੀ ਸਕੀਮ ਸਾਡੀ ਬਣੀ ਹੋਈ ਸੀ। ਮੈਂ ਚਾਹੁੰਦਾ ਸੀ ਬਲਜੀਤ ਸਿੰਘ ਮੇਰੇ ਮਿੱਤਰ ਨੇ ਇਹ ਦਾਦੂਵਾਲ ਵਾਲੇ ਬਹੁਤ ਕੌਣ ਬੜੀ ਦੇਣ ਇਹਨਾਂ ਦੀ ਕਿ ਮੇਰੇ ਨਾਲ ਹੋਣ ਜੀ, ਪਰ ਇਹਨਾਂ ਦੀ ਬਹੁਤ ਮਜਬੂਰੀ ਹੋ ਗਈ, ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਛੱਡ ਦਈਏ। ਜੇ ਮੇਰੇ ਨਾਲ ਹੁੰਦੇ ਕਿਸੇ ਤਰੀਕੇ ਨਾਲ ਦਬਾਅ ਪਾ ਲੈਂਦੇ, ਹੋਰ ਮੈਨੂੰ ਕੋਈ ਇਹਨਾਂ ਵਿੱਚੋਂ ਇੰਨਾ ਲੱਗਿਆ ਨਹੀਂ ਕਿ ਮੇਰਾ ਸਾਥ ਦਊਗਾ। ਤੇ ਇਸ ਸਕੀਮ ਦੇ ਤਹਿਤ ਅਸੀਂ ਜਾਣਾ ਚਾਹੁੰਦੇ ਸੀ, ਪਰ ਉਹਨਾਂ ਦੇ ਪਿਤਾ ਤੇ ਦਬਾਅ ਹੀ ਇੰਨਾ ਪੈ ਗਿਆ। ਗੁਰਬਚਨ ਸਿੰਘ ਜੀ ਮਾਣਯੋਗ ਜਥੇਦਾਰ ਅਕਾਲ ਸਾਹਿਬ ਦਾ, ਹਰਨਾਮ ਸਿੰਘ ਜੀ ਧੁੰਮਾ, ਜਸਵੀਰ ਸਿੰਘ ਜੀ ਰੋਡੇ, ਕਿ ਉਹਨਾਂ ਨੂੰ ਇੱਕ ਤਾਂ 18 ਸਾਲ ਦਾ ਪੁੱਤਰ ਵਿਚਾਰਾ ਸ਼ਹੀਦ ਹੋਇਆ ਪਿਆ ਸੀ, ਉਹਨਾਂ ਨੂੰ ਸੁੱਝਦਾ ਕੁਛ ਨਹੀਂ ਸੀ, ਤੇ ਦੂਸਰਾ ਉਹਨਾਂ ਦੇ ਲਗਾਤਾਰ ਪ੍ਰਸ਼ਾਸਨ ਦਾ, ਗੌਰਮੈਂਟ ਦਾ ਲਗਾਤਾਰ ਉੱਤੋਂ ਫੋਨ ਆ ਰਹੇ ਸੀ ਕਿਵੇਂ ਕਰੋ, ਜਿਵੇਂ ਕਿਵੇਂ ਹੁੰਦਾ ਇਹਦਾ ਸੰਸਕਾਰ ਅੱਜ ਹੋਣਾ ਚਾਹੀਦਾ। ਪਰ ਇਹ ਉਹ ਜੋ ਸਾਡੀ ਸਕੀਮ ਸੀ ਉਦੋਂ ਪਾਣੀ ਪਾਣੀ ਹੋ ਗਈ ਜਦੋਂ ਇਹਨਾਂ ਦਾ ਉਹਨਾਂ ਤੇ ਜ਼ੋਰ ਭਰ ਗਿਆ, ਔਰ ਉਹਨਾਂ ਨੇ ਕਿਹਾ ਵੀ ਹੁਣ ਸਾਡੇ ਬਸ ਦੀ ਗੱਲ ਨਹੀਂ, ਸਾਨੂੰ ਕੁਛ ਸੁੱਝਦਾ ਨਹੀਂ। ਪਰ ਜਸਪਾਲ ਸਿੰਘ ਜੀ ਦੀ ਜਿਹੜੀ ਮਾਤਾ ਸੀ, ਉਹਨਾਂ ਨੇ ਬਹੁਤ ਇਹਨਾਂ ਨੂੰ ਕਿਹਾ ਸੀ ਵੀ ਅੱਜ ਦੀ ਰਾਤ ਬਾਬਾ ਸੁਰਿੰਦਰ ਸਿੰਘ ਜੀ ਸੁਭਾਣੇ ਵਾਲਿਆਂ ਨੂੰ ਦੇ ਦਿਓ। ਹਾਂ, ਅਸੀਂ ਕੁਸ ਹੱਦ ਤੱਕ ਕਾਮਯਾਬ ਹੋ ਜਾਣੀ ਸੀ ਕਿਉਂਕਿ ਪੰਜਾਬ ਤੋਂ ਬਾਹਰ ਹੋ ਜਾਣਾ ਸੀ, ਪੰਜਾਬ 'ਚ ਇਹਨਾਂ ਦਾ ਜ਼ੋਰ ਭਰਦਾ ਸੀ। ਮੇਰੇ ਨਾਲ ਸਿੱਖ ਜਥੇਬੰਦੀਆਂ ਦਿੱਲੀ ਦੀਆਂ ਨੇ ਮੈਨੂੰ ਸਾਥ ਦੇਣਾ ਸੀ, ਔਰ ਦਿੱਲੀ ਦੇ ਜਿਹੜੇ ਸਿੰਘ ਨੇ ਉਹਨਾਂ ਨੇ ਸੰਤਾਪ ਹੰਡਾਇਆ, ਉਹਨਾਂ ਨੂੰ ਦਰਦ ਦਾ ਪਤਾ ਹੈ, ਉਹ ਸਰਦਾਰ ਲੋਕਾਂ ਨੇ ਉਹਨਾਂ ਨੇ ਸਾਡੇ ਨਾਲ ਹੋ ਜਾਣਾ ਸੀ। ਇੱਕ ਬਹੁਤ ਵੱਡੀ ਬਿਲਕੁਲ ਹੋ ਜਾਣੀ ਸੀ, ਵੱਡਾ ਕਦਮ ਹੋਣਾ ਜੀ, ਪਰ ਉਹ ਮੈਂ ਇਕੱਲਾ ਹੋਣ ਕਰਕੇ। ਹਾਂ, ਜਦੋਂ ਜਥੇਦਾਰ ਸਾਹਿਬ ਨੂੰ ਮੈਂ ਸਵਾਲ ਕੀਤੇ ਸੀ ਮਾਣਯੋਗ ਜੀ ਨੂੰ, ਉਹਨਾਂ ਨੂੰ ਉਹਨਾਂ ਦਾ ਉੱਤਰ ਬੇਸ਼ੱਕ ਕੋਈ ਨਹੀਂ ਆਇਆ, ਪਰ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ, ਸਵਾਏ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਥੇ ਫਿਰ ਮੇਰੇ ਬਰਾਬਰ ਖੜੇ ਸੀ। ਉਹਨਾਂ ਨੇ ਕਿਹਾ ਸੀ ਵੀ ਸਿੱਖ ਕੌਮ ਦੇ ਵਿੱਚ ਆਵਾਜ਼ ਉਠਾ ਰਹੇ ਨੇ, ਜਿਵੇਂ ਨੂਰ ਮਹਿਲ ਵਾਲੇ ਮਲਕੀਤ ਸਿੰਘ ਨੇ ਕਿਹਾ, ਇਸ ਚੀਜ਼ ਤੋਂ ਮੈਂ ਬਹੁਤ ਖੁਸ਼ ਹਾਂ ਕਿ ਉਸ ਟਾਈਮ ਅਗਰ ਮੇਰਾ ਕੋਈ ਵੀ ਸਾਥ ਨਾ ਦਿੰਦਾ ਮੈਂ ਇੱਕ ਠੁੱਸ ਹੋ ਗਿਆ ਸੀ, ਐਡਾ ਕਦਮ ਚੁੱਕਣ ਦੇ ਬਾਵਜੂਦ ਵੀ। ਪਰ ਸੁਣਵਾਈ ਕੋਈ ਨਹੀਂ ਹੋਈ, ਕਿਸੇ ਗੱਲ ਦਾ ਕੋਈ ਜਵਾਬ ਨਹੀਂ, ਸਗੋਂ ਹਾਸੋ ਹੀ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਥੇਦਾਰ ਸਾਹਿਬ ਨੇ। ਮੈਨੂੰ ਇਹ ਉਮੀਦ ਨਹੀਂ ਹੋਣੀ ਚਾਹੀਦੀ ਸਾਡੇ ਅਧਿਕਾਰੀਆਂ ਤੋਂ, ਉਹਨਾਂ ਨੂੰ ਕੌਮ ਦਾ ਜਜ਼ਬਾ ਹੋਣਾ ਚਾਹੀਦਾ, ਉਹਨਾਂ ਦੇ ਖੂਨ ਖੋਲਣਾ ਚਾਹੀਦਾ। ਇੱਕ ਬੱਚਾ, ਮੈਂ ਉਹਨਾਂ ਨੂੰ ਇੱਕ ਸਵਾਲ ਦੇ ਵਿੱਚ, ਮੈਂ ਜ਼ਿਆਦਾ ਸਵਾਲ ਨਹੀਂ ਦੱਸਦਾ ਕਿਉਂਕਿ ਉਹ ਸਾਡੇ ਫਿਰ ਵੀ ਚਲੋ ਮਾਣਯੋਗ ਨੇ, ਇੱਕ ਸਵਾਲ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਜਥੇਦਾਰ ਸਾਹਿਬ ਮੈਂ ਤੁਹਾਡੇ ਪੁੱਤਰ ਨੂੰ ਸ਼ਹੀਦ ਕਰਵਾਉਣਾ, ਚਲੋ ਜੇ ਤੁਸੀਂ ਨਾ ਕਹਿੰਦੇ ਹੋ ਅਸੀਂ ਇੱਕ ਗੇਟ ਬਣਾ ਦਿਆਂਗੇ ਸ਼ਹੀਦ ਦੇ ਨਾਂ ਤੇ, ਔਰ ਨੌਕਰੀਆਂ ਦੇ ਦਿਆਂਗੇ ਤੁਹਾਨੂੰ, ਅਸੀਂ 5 ਨੌਕਰੀਆਂ ਦਿੰਦੇ ਹਾਂ, ਤੁਸੀਂ ਆਪਣੇ ਪਰਿਵਾਰ ਨੂੰ ਪੁੱਛੋ ਕਿ ਆਪਣਾ ਬੱਚਾ ਸ਼ਹੀਦ ਕਰਵਾਉਂਗੇ, ਇਹ ਸ਼ਹੀਦੀਆਂ ਸਾਡੇ ਵਾਸਤੇ ਬਣੀਆਂ ਨੇ, ਇੱਕ ਰਾਜਵਾਣੇ ਨੂੰ ਬਚਾਉਣ ਵਾਸਤੇ, ਇੱਕ ਕੌਮ ਦੇ ਹੀਰੇ ਨੂੰ ਬਚਾਉਣ ਵਾਸਤੇ, ਜੇ ਖਜ਼ਾਨੇ ਚੋਂ ਇੱਕ ਹੀਰਾ ਕੱਢ ਕੇ ਸਿੱਟਤਾ, ਇੱਕ ਫੱਟੜ ਹੋ ਗਿਆ, ਤਾਂ ਅਸੀਂ ਕੀ ਖੱਟਿਆ? ਬਿਲਕੁਲ ਸਹੀ ਗੱਲ ਹੈ। ਕੀ ਤੁਹਾਨੂੰ ਦਰਦ ਹੈ? ਹਾਂਜੀ। ਕੀ ਤੁਹਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ? ਸਵਾਲ ਬਹੁਤ ਸੀ ਜੀ ਜੀ, ਪਰ ਉੱਥੇ ਮੈਨੂੰ ਬੜਾ ਦੁੱਖ ਹੋਇਆ ਜਦੋਂ ਮੇਰੀ ਇਸ ਗੱਲ ਨੂੰ ਉਹਨਾਂ ਨੇ ਹਾਸੋ ਹੀ ਨਹੀਂ ਕਰਨ ਦੀ ਗੱਲ ਕੀਤੀ। ਬਹੁਤ ਅਧਿਕਾਰੀ ਬੈਠੇ ਸੀ ਜੀ ਜੀ, ਉੱਥੇ ਸੰਸਥਾ ਦੇ ਮੁਖੀ ਵੀ ਬੈਠੇ ਸੀ, ਬਾਬਾ ਹਰਨਾਮ ਸਿੰਘ ਜੀ ਧੁੰਮਾ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ। ਬਿਲਕੁਲ, ਆਪਾਂ ਇੱਥੇ ਗੱਲ ਸ਼ੁਰੂ ਕਰਾਂਗੇ, ਆਪਾਂ ਕੋਲ ਜ਼ਿਆਦਾ ਲੈ ਨਹੀਂ ਸਕਦੇ ਕਿਉਂਕਿ ਸਮਾਂ ਜਾਂਚ ਨਹੀਂ ਦਿੰਦਾ, ਸਮਾਪਤੀ ਵੱਲ ਹੈ, ਲੇਕਿਨ ਭਾਈ ਜਸਪਾਲ ਸਿੰਘ, ਸ਼ਹੀਦ ਭਾਈ ਜਸਪਾਲ ਸਿੰਘ ਦੇ ਇੱਕ ਰਿਸ਼ਤੇਦਾਰ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਸ਼ੁਭ ਨਾਮ ਦੱਸੋਗੇ ਜੀ? ਮੇਰਾ ਸ਼ੁਭ ਨਾਮ ਜਗਦੀਸ਼ ਸਿੰਘ ਰਾਹੜ ਹੈ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ? ਗੁਰਦਾਸਪੁਰ ਤੋਂ ਬਲੌਗ ਕਰਦਾ ਹਾਂ। ਹਾਂਜੀ, ਤੇ ਜਦੋਂ ਵੀ ਪ੍ਰੋਗਰਾਮ ਕੋਈ ਚੱਲਿਆ, ਹਾਂਜੀ, ਇਹ ਗੁਰਦਾਸਪੁਰ ਡਿਸਟ੍ਰਿਕਟ ਤੋਂ ਚੱਲਿਆ, ਜਦੋਂ ਵੀ ਚੱਲਿਆ, ਹਾਂਜੀ, ਤੇ ਹੁਣ ਇਹ ਗਵਰਨਮੈਂਟ ਨੇ ਜਿਹੜੀ ਕੰਨੀ ਕਰਤੋਂ ਪਤਰਾਉਂਦੀ ਫਿਰਦੀ ਆ, ਗਵਰਨਮੈਂਟ ਇਸ ਪਾਸੇ ਨੂੰ ਗੱਲ ਨਹੀਂ ਛੁੱਟਦੀ। ਹਾਂਜੀ, ਇਹਨਾਂ ਦਾ ਇਰਾਦਾ ਇਹੋ ਹੀ ਆ ਵੀ ਕੰਮ ਫਿਰ ਸ਼ੁਰੂ ਕਰੀਏ। ਹਾਂਜੀ, ਤੇ ਬੰਦੇ ਤਾਂ ਬਿਲਕੁਲ ਤਿਆਰ ਹੈਗੇ, ਕੰਮ ਤਿਆਰ ਹੈਗਾ, ਸਭ ਕੁਝ ਹੋ ਸਕਦਾ, ਪਰ ਅੱਗੇ ਬੱਚਿਆਂ ਦਾ ਨੁਕਸਾਨ ਬਹੁਤ ਹੋ ਸਕਦਾ। ਬਿਲਕੁਲ, ਇਹ ਗੱਲ ਤੁਹਾਡੀ ਸਹੀ ਹੈਗੀ ਹੈ ਕਿ ਜਿਵੇਂ ਭਾਈ ਜਸਪਾਲ ਸਿੰਘ ਜੀ ਹੁਰੀ, ਉਹਨਾਂ ਦੇ ਨਾਲ ਜਿਹੜੇ ਸਾਥੀ ਸੀ, ਨਾਮ ਜਪਦੇ ਸਿਮਰਨ ਕਰਨ ਦੇ ਉੱਤੇ ਜਾਣ ਬੁੱਝ ਕੇ ਗੋਲੀਆਂ ਚਲਾਈਆਂ ਗਈਆਂ, ਅਤੇ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਦੋਸ਼ੀ, ਉਹਨਾਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਅਤੇ ਇਹ ਦੁਬਾਰਾ ਜਿਹੜਾ ਪੰਜਾਬ ਦੇ ਵਿੱਚ ਸੰਤਾਪ ਜਿਹੜਾ ਸੀਗਾ ਜੋ ਪਹਿਲਾਂ ਹੁੰਦਾ ਆ, ਉਹ ਸ਼ੁਰੂ ਕਰਨ ਦੀਆਂ ਇਹ ਬਿਲਕੁਲ ਸਾਜ਼ਿਸ਼ਾਂ ਹੋ ਸਕਦੀਆਂ। ਹਾਂਜੀ,
ਤੇ ਹੋਰ ਤੁਸੀਂ ਇਸ ਸੰਬੰਧ ਵਿੱਚ ਇੱਥੇ ਸੰਗਤਾਂ ਤੁਸੀਂ ਵੀ ਯੂਕੇ ਚ ਰਹਿੰਦੇ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਨੂੰ ਕੀ ਕਰਨਾ ਚਾਹੀਦਾ ਮੈਂ ਤੇ ਇਹ ਮੈਸੇਜ ਦੇਣਾ ਚਾਹੁੰਦਾ ਹਾਂਜੀ ਜਿਸ ਤਰ੍ਹਾਂ ਰਾਜੀ ਵਾਲੇ ਦੇ ਨਾਰੇ ਦੇ ਉੱਤੇ ਸਾਰੀ ਜਗਤ ਨੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਆ ਹਾਂਜੀ ਇਸੇ ਤਰ੍ਹਾਂ ਹੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਵਾਜ਼ ਬੁਲੰਦ ਕਰਦੇ ਜਥੇਬੰਦੀਆਂ ਦੇ ਅੱਗੇ ਕੋਈ ਵੀ ਦੁਨੀਆਂ ਦੀ ਤਾਕਤ ਨਹੀਂ ਹਾਰ ਸਕਦੀ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਂ ਤਕਰੀਬਨ ਆਪਣੇ ਕੋਲ ਸਮਾਪਤੀ ਵੱਲ ਹੈ ਅਗਲੇ ਪ੍ਰੋਗਰਾਮ ਵੱਲ ਨੂੰ ਵੀ ਆਪਾਂ ਚੱਲਣਾ ਹੈਗਾ ਤੇ ਤੁਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੋਈ ਸੰਗਤਾਂ ਨੂੰ ਮੈਸੇਜ ਦੇਣਾ ਚਾਹੋ ਕੀ ਕਹਿਣਾ ਚਾਹੋਗੇ ਹਾਂ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਜੀ ਕਿ ਸਾਰੇ ਗੁਰਸਿੱਖ ਜੀ ਇੱਕ ਤਾਂ ਇੱਕ ਸੱਚੇ ਸਿਪਾਹੀ ਬਣ ਕੇ ਹਾਂਜੀ ਅਹੁਦੇ ਅਤੇ ਅਧਿਕਾਰਾਂ ਨੂੰ ਹੇਠਾਂ ਰੱਖ ਕੇ ਹਉਮੈ ਦਾ ਪ੍ਰਤਿਆਗ ਕਰਕੇ ਇੱਕ ਸੱਚੇ ਗੁਰਸਿੱਖ ਬਣ ਕੇ ਇੱਕ ਵਰਕਰ ਬਣ ਕੇ ਸਿਪਾਹੀ ਬਣ ਕੇ ਸਿਪਾਹੀ ਦੇ ਨਾਲ ਸੰਤ ਬਣਨ ਦੀ ਕੋਸ਼ਿਸ਼ ਕਰਨ ਨਿਤਨੇਮ ਅਭਿਆਸ ਧੀਰਜ ਔਰ ਆਪਣੀ ਸੋਚ ਨੂੰ ਹਜ਼ਾਰ ਸਾਲ ਅੱਗੇ ਸੌ ਸਦੀਆਂ ਅੱਗੇ ਸੋਚਣ ਇਹ ਸੋਚਣ ਕਿ ਸਾਡੇ ਜਿਹੜੇ ਬੱਚੇ ਨੇ ਭਾਵੇਂ ਪੰਜਾਬ ਵਿੱਚ ਸਿੱਖ ਕੌਮ ਜਿੱਥੇ ਕਿਤੇ ਵੀ ਹੈ ਜੀ ਇਹ ਵੱਡੀ ਵੱਡੀਆਂ ਕੁਰਸੀਆਂ ਤੇ ਬੈਠੇ ਜੀ ਵੱਡੇ ਵੱਡੇ ਇਹਨਾਂ ਕੋਲ ਅਹੁਦੇ ਹੋਣ ਹਾਂਜੀ ਔਰ ਸ਼ਾਸਤਰ ਦੇ ਤੇ ਸ਼ਾਸਤਰ ਦੇ ਨਾਲ ਜੁੜੇ ਹੋਣ ਹਾਂਜੀ ਧਰਮ ਨਾਲ ਜੁੜੇ ਹੋਣ ਹਾਂਜੀ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਸਿੱਖਾਂ ਦੇ ਹੱਥ ਵਿੱਚ ਆਪਣੀ ਤਾਕਤ ਇਕੱਠੀ ਹੋ ਜਾਊ ਜੇ ਇਸੇ ਤਰੀਕੇ ਨਾਲ ਅਸੀਂ ਅਲੱਗ ਥਲੱਗ ਜੀ ਆਪਣੀ ਆਪਣੀ ਕਰਦੇ ਰਹੇ ਫਿਰ ਸਾਡੀਆਂ ਜਿੰਨੇ ਵੀ ਹੁਣ ਅੰਕੜੇ ਕੱਢੇ ਜਾ ਰਹੇ ਨੇ ਉਹ ਸਾਡੇ ਬਹੁਤ ਪਿੱਛੇ ਨੂੰ ਜਾ ਰਹੇ ਨੇ ਜਿਹੜੇ ਸਿੱਖ ਬੁੱਧੀਜੀਵੀ ਨੇ ਬਹੁਤ ਸੋਚ ਵਿੱਚ ਨੇ ਕਿ ਸਾਡਾ ਅੱਗੇ ਕੀ ਬਣੂਗਾ ਇਹ ਸਾਨੂੰ ਸਾਰਿਆਂ ਨੂੰ ਇੱਕ ਸੱਚੇ ਸਿਪਾਹੀ ਬਣ ਕੇ ਵਰਕਰ ਬਣ ਕੇ ਔਰ ਇੱਕ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਜੀ ਆਪਾਂ ਇੱਕ ਲਾਸਟ ਕਾਲ ਲੈਣੀ ਹੈਗੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੌਣ ਬੋਲਦੇ ਜੀ ਦਾਸ ਧਨਵੰਤ ਸਿੰਘ ਬੋਲ ਰਿਹਾ ਜੀ ਹਾਂਜੀ ਧਨਵੰਤ ਸਿੰਘ ਜੀ ਜੀ ਆਇਆਂ ਨੂੰ ਕੀ ਕਹਿਣਾ ਚਾਹੋਗੇ ਜੀ ਆਪਾਂ ਸਤਿਕਾਰ ਜੋ ਬਾਬਾ ਜੀ ਹੁਣਾਂ ਨਾਲ ਬਾਬਾ ਸੁਰਿੰਦਰ ਸਿੰਘ ਹੁਣਾਂ ਨਾਲ ਹੁਣੇ ਆਪਾਂ ਜਿਸ ਵੇਲੇ ਗੁਰਦਾਸਪੁਰ ਕਾਂਡ ਹੋਇਆ ਹਾਂਜੀ ਉਸ ਵੇਲੇ ਜਲੰਧਰ ਵਿਚ ਵੀ ਬਹੁਤ ਬਾਬਾ ਜੀ ਨੇ ਉਪਰਾਲਾ ਕੀਤਾ ਉਦਮ ਕੀਤਾ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ ਬੜੀ ਕਿਰਪਾ ਹੋਈ ਬਹੁਤ ਨੌਜਵਾਨ ਹਾਂਜੀ ਸਿੰਘਣੀਆਂ ਵੀ ਹਾਂਜੀ ਉਸ ਵੇਲੇ ਜਲੰਧਰ ਦੇ ਵਿਚ ਬਹੁਤ ਰੈਲੀਆਂ ਹੋਈਆਂ ਪ੍ਰਸ਼ਾਸਨ ਹੋਏ ਤੁਸੀਂ ਉਸ ਟਾਈਮ ਨਾਲ ਸੀ ਜਲੰਧਰ ਜੀ ਹਾਂਜੀ ਦਾਸ ਨਾਲ ਸੀਗਾ ਦਾਸ ਦੇ ਛੋਟੇ ਭਰਾਤਾ ਭਾਈ ਅਮਰਿੰਦਰ ਸਿੰਘ ਜੀ ਡਾਕਟਰ ਜਸਪਾਲ ਸਿੰਘ ਜੀ ਹਾਂਜੀ ਤੇ ਹੋਰ ਆਦਿਕ ਸੇਵਾਦਾਰ ਨਾਲ ਸੀਗੇ ਜੀ ਬਾਬਾ ਜੀ ਦੇ ਨਾਲ ਬਹੁਤ ਸੰਗਤਾਂ ਜੁੜੀਆਂ ਹਾਂਜੀ ਤੇ ਕਰਫਿਊ ਲੱਗਿਆ ਹੋਇਆ ਸੀ ਉਸ ਟਾਈਮ ਜਲੰਧਰ ਦੇ ਵਿਚ ਹਾਂਜੀ ਤੇ ਬਹੁਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਾਂਜੀ ਬਾਬਾ ਜੀ ਦੇ ਅਗਵਾਈ ਹੇਠ ਬਹੁਤ ਸੰਗਤਾਂ ਨੇ ਰੋਜ਼ ਦੇ ਮੁਤਾਬਕ ਬਹੁਤ ਰਾਜਵਾਨਾ ਸਾਹਿਬ ਜੀ ਦੀ ਸਪੋਰਟ ਕੀਤੀ ਤੇ ਏਡ ਕੀਤੀ ਮਦਦ ਕੀਤੀ ਹੋਰ ਇੱਕ ਹੋਰ ਗੱਲ ਹੈ ਤੇ ਆਪਾਂ ਜਿਸ ਵੇਲੇ ਗੁਰਦਾਸਪੁਰ ਗਏ ਹਾਂ ਤੇ ਬਾਬਾ ਜੀ ਨੇ ਬਾਬਾ ਜੀ ਦੇ ਨਾਲ ਸੰਬੰਧ ਸੀ ਪਰਿਵਾਰ ਦਾ ਹਾਂਜੀ ਤੇ ਪਰਿਵਾਰ ਬਹੁਤ ਸੋਗ ਵਿਚ ਸੀਗਾ ਕਿਉਂਕਿ ਇੱਕ ਮਾਤਾ ਜੀ ਦਾ ਪੁੱਤਰ ਸ਼ਹੀਦ ਹੋ ਗਿਆ ਮਾਰ ਦਿੱਤਾ ਗੋਲੀਆਂ ਦੇ ਨਾਲ ਹਾਂਜੀ ਉਹ ਮਾਤਾ ਦਾ ਕੀ ਹਾਲ ਹੋਊਗਾ ਬਿਲਕੁਲ ਤੁਸੀਂ ਪਿਤਾ ਦਾ ਕੀ ਹਾਲ ਹੋਊਗਾ ਜੀ ਤੇ ਰਿਸਪੋਂਸੀਬਲ ਲੋਕੀ ਜੋ ਕਿ ਪੰਜਾਬ ਗੌਰਮੈਂਟ ਇਹ ਰਿਸਪੋਂਸੀਬਲ ਨੇ ਕਿਉਂਕਿ ਇਹਨਾਂ ਦੇ ਨਾਲ ਹੁਕਮ ਦੇ ਨਾਲ ਗੋਲੀ ਚੱਲਦੀ ਹੈ ਹਾਂਜੀ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਵੀ ਉਸ ਵੇਲੇ ਬਾਬਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਵੀ ਸੰਸਕਾਰ ਨਾ ਕਰੋ ਜੀ ਕਾਫੀ ਉੱਥੇ ਸੀ ਹਾਂਜੀ ਉਸ ਵੇਲੇ ਇਸ਼ਨਾਨ ਵੀ ਭਾਈ ਸਾਹਿਬ ਜੀ ਨੂੰ ਕਰਾਇਆ ਸ਼ਹੀਦ ਭਾਈ ਜਸਪਾਲ ਸਿੰਘ ਹੋਣਾਂ ਨੂੰ ਦਸ ਤਾਂ ਬਹੁਤ ਮਹਾਰਾਜ ਜੀ ਨੇ ਕਿਰਪਾ ਕੀਤੀ ਅਪਾਰ ਕਿਰਪਾ ਕੀਤੀ ਜਿਸ ਦੇ ਨਾਲ ਦਸ ਦੇ ਗੰਦੇ ਹੱਥਾਂ ਦੇ ਨਾਲ ਭਾਈ ਸਾਹਿਬ ਉਹਨਾਂ ਦੇ ਇਸ਼ਨਾਨ ਹੋਇਆ ਤੇ ਬਹੁਤ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਕਿਉਂਕਿ ਦਸ ਇੰਗਲੈਂਡ ਦੇ ਸੀ ਬਹੁਤ ਮੈਂ ਆਪਣੇ ਨੂੰ ਭਾਗਾਲਾ ਮਹਿਸੂਸ ਕੀਤਾ ਬਾਬਾ ਜੀ ਦੀ ਅਗਵਾਈ ਹੇਠ ਆਪਾਂ ਜਥੇ ਵਿਚ ਗਏ ਜੀ ਉਸ ਵੇਲੇ ਬਹੁਤ ਕੋਸ਼ਿਸ਼ ਕੀਤੀ ਵੀ ਸੰਸਕਾਰ ਨਾ ਕਰੋ ਪਰ ਜੋ ਕਿ ਉਸ ਵੇਲੇ ਸਿੱਖ ਲੀਡਰ ਬੈਠੇ ਹੋਏ ਸੀ ਭਾਈ ਜਥੇਦਾਰ ਸਿੰਘ ਸਾਹਿਬ ਮਾਨਯੋਗ ਗਿਆਨੀ ਗੁਰਬਚਨ ਸਿੰਘ ਜੀ
ਭਾਈ ਜਸਵੀਰ ਸਿੰਘ ਜੀ ਰੋਡੇ, ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਜੀ ਧੁੰਮਾ ਜੀ, ਉਸ ਵੇਲੇ ਹਸਮੁਖੀ ਗੱਲ ਕਰਤੀ ਜਿਸ ਵੇਲੇ ਬਾਬਾ ਜੀ ਨੇ ਕਿਹਾ ਵੀ ਸੰਸਕਾਰ ਨਹੀਂ ਹੋਣਾ ਚਾਹੀਦਾ, ਤੇ ਉਹਨਾਂ ਦੇ ਜ਼ੋਰ ਹੇਠ ਪਰਿਵਾਰ ਨੇ ਹਾਂ ਕੀਤੀ ਬੈਠੀ ਹੋਈ ਸੀ ਵੀ ਸੰਸਕਾਰ ਕਰ ਦਾਂਗੇ, ਕੋਈ ਗੱਲ ਨੀ ਹੈ ਸੰਸਕਾਰ ਕੀਤਾ ਜਾਏਗਾ। ਪਰ ਜੋ ਕਿ ਜਸਪਾਲ ਸਿੰਘ ਜੀ ਮਾਤਾ ਜੀ ਸੀਗੇ ਉਹ ਕਹਿੰਦੇ ਵੀ ਪਿਤਾ ਜੀ ਨੂੰ ਕਹਿੰਦੇ ਗੁਰਚਿੰਦਰ ਸਿੰਘ ਉਹਨਾਂ ਨੂੰ ਵੀ ਤੁਸੀਂ ਸੋਚੋ ਜਰਾ ਸੋਚੋ ਬੈਠ ਕੇ ਸੋਚੋ ਵੀ ਗੱਲ ਬਾਬਾ ਜੀ ਠੀਕ ਕਹਿ ਰਹੇ ਆ। ਬਾਬਾ ਜੀ ਕਹਿੰਦੇ ਸੀ ਸਾਰੀ ਮਾਇਆ ਮੈਂ ਆਪਣੇ ਕੋਲ, ਤੋਂ ਵਕੀਲ ਦੇ ਤਨਖਾਹ ਸਭ ਕੁਛ ਮੈਂ ਆਪਣੇ ਕੋਲ ਦਊਂਗਾ ਕੀ ਦਊਂਗਾ। ਪਰ ਉਸ ਵੇਲੇ ਉਹ ਪੰਜਾਬ ਮਜਬੂਰ ਸੀ, ਪਰਿਵਾਰ ਮਜਬੂਰ ਸੀ ਜੀ, ਤੇ ਉਹਨਾਂ ਨੇ ਫਿਰ ਵੀ ਸੰਸਕਾਰ ਉਹ ਤਿਆਰੀ ਕੀਤੀ ਹੋਈ ਸੀ ਸਭ। ਉਸੇ ਵੇਲੇ ਆਪਾਂ ਸੰਸਕਾਰ ਚੁਣ ਗਏ ਆ ਨਾਲ ਸਾਰੇ ਸਿੰਘ ਸਾਹਿਬ ਸੰਤ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਜੀ, ਜੋ ਕਿ SDM ਡੇ ਬਿਫੋਰ ਆਪਾਂ ਨਕੋਦਰ ਕਪੂਰਥਲਾ ਜੇਲ੍ਹ ਵਿੱਚ ਬਾਬਾ ਬਲਜੀਤ ਸਿੰਘ ਨੂੰ ਉਹਨਾਂ ਨੂੰ ਦਾਦ ਸਾਹਿਬ ਵਾਲਿਆਂ ਨੂੰ ਮਾਨਯੋਗ ਉਹਨਾਂ ਨੂੰ ਆਪਾਂ ਮਿਲ ਗਏ ਆ ਤੇ ਬਹੁਤ ਬਾਬਾ ਜੀ ਨੇ ਕੋਸ਼ਿਸ਼ ਕੀਤੀ ਵੀ ਜਮਾਨਤ ਹੋ ਜਾਵੇ ਬਾਬਾ ਜੀ ਦੀ ਜੀ। ਰਾਤ ਤੇ ਮੈਨੂੰ ਲੱਗਦਾ ਸਾਨੂੰ 11-12 ਵੱਜ ਗਏ ਸੀਗੇ ਜੀ ਜੀ। ਹਲੇ ਅਸਥਾਨ ਤੇ ਬਹੁਤ ਸੰਗਤਾਂ ਉਡੀਕ ਰਹੀ ਸੀ, ਬਾਹਰੋਂ ਬਹੁਤ ਸੰਗਤਾਂ ਆਈਆਂ ਹੋਈਆਂ ਸੀ ਉਸ ਵੇਲੇ ਵੀ ਬਾਬਾ ਜੀ ਨੂੰ ਮਿਲਣਾ, ਪਰ ਬਾਬਾ ਜੀ ਨੇ ਕੋਈ ਪਰਵਾਹ ਨਹੀਂ ਕੀਤੀ, ਕਹਿੰਦੇ ਕੋਈ ਨਾ ਸੰਗਤਾਂ ਨੂੰ ਮਿਲਾਂਗੇ, ਇਹ ਕੰਮ ਬਹੁਤ ਜ਼ਰੂਰੀ ਹੈ। ਬਿਲਕੁਲ ਧਨਵੰਤ ਸਿੰਘ ਜੀ, ਤੁਸੀਂ ਬਹੁਤ ਜਿਹੜਾ ਹੈਗਾ ਨਾ ਜੀ ਤੁਹਾਡੇ, ਤੁਸੀਂ ਬਾਕੀ ਭਾਗਾਂ ਲਿਓ ਕਿ ਤੁਸੀਂ UK ਤੋਂ ਜਾ ਕੇ ਤੇ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਆਪਣੇ ਹੱਥੀਂ ਤੁਹਾਨੂੰ ਸੰਸਕਾਰ ਕਰਨ ਦੇ ਵਿੱਚ ਜਿਹੜਾ ਹੈਗਾ ਤੁਸੀਂ ਸ਼ਾਮਿਲ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕੋਲ ਹੋਰ ਲੈ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਿੰਘ ਜੀ, ਹਾਂਜੀ ਕੌਣ ਬੋਲਦੇ ਜੀ? ਭਾਈ ਦਰਬਾਰ ਸਿੰਘ ਜੀ, ਮੈਂ ਫਰਾਂਸ ਤੋਂ ਚੈਨ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸੇਵਾਦਾਰ ਬੋਲਦਾ। ਹਾਂਜੀ ਭਾਈ ਚੈਨ ਸਿੰਘ ਜੀ, ਜੀ ਆਇਆਂ ਨੂੰ ਕੀ ਕਹਿਣਾ ਚਾਹੋਗੇ? ਜਿਹੜਾ ਇਹ ਪਰਿਵਾਰ ਆ, ਮੇਰਾ ਆਪਣਾ ਪਰਿਵਾਰ ਆ, ਇਹਦੇ ਨਾਲ ਮੇਰੇ ਪਰਿਵਾਰਕ ਲਿੰਕ ਨੇ, ਕਿਉਂਕਿ ਆਪ ਜਾਣਦੇ ਹੋ ਇੱਥੇ ਦੋ ਪਰਿਵਾਰ ਹੋਰ ਵੀ ਨੇ, ਜਿੰਨੇ ਇੱਕ ਮਾਸੜ ਜੀ ਨੇ ਤੇ ਇੱਕ ਆਪਣਾ ਉਹਨਾਂ ਦਾ ਤਾਇਆ ਜੀ ਨੇ। ਜਿਸ ਦਿਨ ਲੋਥ ਆਪਣੇ ਸਿੰਘ ਸਾਹਿਬ ਦੀ ਉੱਥੇ ਆਈ ਆ, ਉਹ ਤੋਂ ਬਾਅਦ ਹਰ ਵੇਲੇ ਪਰਿਵਾਰ ਦੇ ਨਾਲ ਲਿੰਕ ਰਹੇ ਆ, ਲੇਕਿਨ ਜੋ ਕੁਛ ਇਹਨਾਂ ਕਰਨਾ ਸੀ ਉਹ ਕਰ ਦਿੱਤਾ। ਲੇਕਿਨ ਮੈਂ, ਕਿਉਂਕਿ ਟਾਈਮ ਤੁਹਾਡਾ ਮੇਰੇ ਤੋਂ ਥੋੜਾ, ਮੈਂ ਤੁਹਾਨੂੰ ਸਿਰਫ ਦੱਸਣਾ ਚਾਹੁੰਦਾ ਵੀ ਉਹ ਜਿਹੜੀ ਸਿਚੁਏਸ਼ਨ ਸੀ ਉਹਨੂੰ ਕਿੱਦਾਂ ਇਹ ਪੰਥ ਸਰਕਾਰ ਨੇ, ਈਵਨ ਉੱਥੋਂ ਜਸਵੀਰ ਆਪਣੇ ਉਹਨਾਂ ਦਾ ਬੇਟਾ ਸਾਹਿਬ ਤੇ ਖੁਦ ਬਾਦਲ ਸਾਹਿਬ ਇਹਨਾਂ ਨੂੰ ਇਹ ਚੀਜ਼ ਕਹਿ ਰਹੇ ਵੀ ਤੁਸੀਂ ਗਏ ਕਾਹਦੇ ਲਈ ਉੱਥੇ। ਦੇਖੋ ਇੱਕ ਪੰਥਕ ਸੋਚ ਵਾਲੇ ਪੰਥ ਸਰਕਾਰ ਵਾਲੇ ਲੋਕ ਨੇ ਤੇ ਉਹ ਜਥੇਦਾਰ ਨੂੰ ਇਹ ਕਹਿ ਰਹੇ ਆ। ਹਾਂਜੀ ਅੱਛਾ, ਉਹ ਜਿਹੜਾ ਦਿਨ ਸੀ ਉਹਦੇ ਚ ਉਸ ਰਾਤ ਵੀ ਆਪਣੇ ਬਲਦੇਵ ਸਿੰਘ ਸਰਸਾ ਜੀ ਹੋਰ ਸਿੰਘ ਬੈਠੇ ਇਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ, ਫਿਰ ਉਹ ਇਹਨਾਂ ਸੰਸਕਾਰ ਕਰ ਦਿੱਤਾ ਜਿੰਦ ਚ। ਜਿਸ ਦਿਨ ਪ੍ਰੋਗਰਾਮ, ਜਿੱਦਣ ਭੋਗ ਪਿਆ, ਉਸ ਦਿਨ ਪਰਿਵਾਰ ਨੂੰ ਅਸੀਂ ਸਪੈਸ਼ਲੀ ਇਸ ਲਈ, ਕਿਉਂਕਿ ਮਾਨ ਸਾਹਿਬ ਦੀ ਜਮਾਨਤ, ਅਸੀਂ ਸਪੈਸ਼ਲੀ ਆਪਣੇ ਵਕੀਲ ਲਖਨਪਾਲ ਨਾਲ ਗੱਲ ਕਰਕੇ ਸਪੈਸ਼ਲੀ ਜਮਾਨਤ ਕਰਵਾ ਕੇ ਉੱਥੋਂ ਮਾਨ ਸਾਹਿਬ ਪੁਲਿਸ ਤੋਂ ਮਤਲਬ ਹਰ ਤਰ੍ਹਾਂ ਕਰ ਕਰਾ ਕੇ ਉਹ ਪੰਡਾਲ ਚ ਪਹੁੰਚੇ ਨੇ। ਹਾਂਜੀ, 12:30 ਵਜੇ ਦੇ ਲਾਗੇ ਛਾਗੇ ਭੋਗ ਪੈ ਗਿਆ ਸੰਗਤ ਲਈ, 2-3 ਘੰਟੇ ਪਏ ਸੀ ਜਿਹਦੇ ਵਿੱਚ ਜਿਹੜੀ ਆਈ ਸੰਗਤ ਆ ਉਹਨੂੰ ਕੋਈ ਸੰਦੇਸ਼ ਦੇਣ ਲਈ, ਜਿਹੜੀ ਆਈ ਸੰਗਤ ਸੀ ਉੱਥੇ ਕੋਈ 10 ਮੈਂਬਰੀ ਕਮੇਟੀ ਬਣਾਈ ਜਾਂਦੀ, ਐਕਸ਼ਨ ਕਮੇਟੀ, ਜਿਹੜੀ ਇਹ ਕੇਸ ਨੂੰ ਅੱਗੇ ਲੈ ਕੇ ਤੁਰਦੀ। ਹਾਂਜੀ, ਪਰ ਜੋ ਮਾਨ ਸਾਹਿਬ ਨੇ ਉਹ ਵੜੇ ਜਿਹੜੇ 2 ਮਿੰਟ ਕਿਸ ਤਰ੍ਹਾਂ ਵੀ ਲਏ ਉਹਨੂੰ ਕਹਿ ਗਿਆ, ਅਗਰ ਉਹਦੇ ਵਿੱਚ ਉਹਨਾਂ ਨੇ ਸਵਾਲ ਕੀਤੇ ਸੀ ਜੋ ਅੱਜ ਵੀ ਜਥੇਦਾਰ ਸਾਹਿਬ ਉਹਦਾ ਜਵਾਬ ਨਹੀਂ ਦੇ ਰਹੇ ਵੀ ਤੁਸੀਂ ਜਥੇਦਾਰ ਅਕਾਲ ਆਪਣੇ ਕੌਮੀ ਸ਼ਹੀਦ ਤੇ ਇਹਨਾਂ ਨੂੰ ਦੇਰ ਦਾ ਖਿਤਾਬ ਹਾਂਜੀ, ਲੇਕਿਨ ਇਹ ਚੀਜ਼ ਦੱਸਦੇ ਜਾਓ ਵੀ ਇਹ ਜਿਹੜਾ ਸ਼ਹੀਦ ਕੀਤਾ ਵਾ ਇਹ ਆਪਣੇ ਅੰਗਰੇਜ਼ਾਂ ਨੇ ਕੀਤਾ ਜਾਂ ਕਿ ਮੁਗਲ ਸਰਕਾਰ ਨੇ ਕੀਤਾ, ਇਹਨਾਂ ਨੂੰ ਦੱਸ ਦਿਓ ਵੀ ਕਿਹੜੀ ਸਰਕਾਰ ਨੇ ਕੀਤਾ ਸ਼ਹੀਦ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਮੇਰੀ ਹੁਣ ਬੇਨਤੀ ਹੈ ਭਾਈ ਦਲਬਾਗ ਸਿੰਘ ਜੀ, ਮਤਲਬ ਇਹ ਕਿ ਕਿਉਂਕਿ ਮੈਂ ਰੋਜ਼ ਹੀ ਆਪਣੇ ਗੁਰਚਰਨ ਜੀ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ, ਸਾਡੇ ਪਰਿਵਾਰ ਦਾ ਜੀ ਆ, ਮੈਨੂੰ ਖਾਸਾ ਵਾ ਕਿ ਉਹ ਕੱਲਾ ਜਾਂ ਪਰਿਵਾਰ ਦੇ ਜੀ ਥੋੜੇ ਬਹੁਤੇ ਜਿਹੜੇ ਇੱਧਰ ਉੱਧਰ ਜਾਂਦੇ ਨੇ, ਤੁਹਾਡਾ ਜਥੇਦਾਰ ਭਾਈ ਸਤਰਾਮ ਸਿੰਘ ਗੁਰਦਾਸਪੁਰ ਤੋਂ ਵੀ ਆ, ਤੇ ਕਿਤੇ ਇਹੋ ਜਿਹਾ ਨਾ ਜਿਹੜੀ ਇਹੋ ਜਿਹੀ ਹਰਕਤ ਕਰਦੇ ਆ ਕਿਤੇ ਉਹ ਸਿੰਘ ਦਾ ਨੁਕਸਾਨ ਨਾ ਕਰੇ ਸਰਕਾਰ। ਅੱਜ ਬਹੁਤ ਦੁਖਾਂਤ ਵਾਲੀ ਗੱਲ ਵਾ, ਜੋ ਕੋ ਆਪਣੇ ਨਾਲ ਅਸੀਂ ਵੀਡੀਓ ਦੇ ਵਿੱਚ ਤੇ ਹਰ ਸਾਈਡ ਤੇ ਉਹ ਸੱਚਾਈ ਵੇਖੀ ਆ ਤੇ ਉਹ ਸੱਚਾਈ ਤੇ ਘਟਾ ਇਹ ਹਿਸਾਬ ਨਾਲ ਪਾਇਆ ਗਿਆ ਕਿ ਉੱਥੇ ਕੁਛ ਵੀ ਨਹੀਂ ਹੋਇਆ। ਸੋ ਤੁਹਾਡਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਬੇਨਤੀ ਕਰਾਂਗਾ ਸਿੱਖ ਚੈਨਲ ਨੂੰ ਕਿ ਇਹ ਜਿਹੜੀ ਡਿਬੇਟ ਆ ਇਹਨੂੰ ਲਗਾਤਾਰ ਕਿਤੇ ਜਦੋਂ ਵੀ ਤੁਹਾਡੇ ਕੋਲ ਵੀ ਟਾਈਮ ਹੋਵੇ
ਅਸੀਂ ਜਿਹੜੇ ਵਿਦੇਸ਼ ਚ ਬੈਠੇ ਜੀ ਆ ਕਿਉਂਕਿ ਅਸੀਂ ਥੋੜੇ ਚਿਰ ਲਈ ਜਾਗ ਜਾਂਦੇ ਆ ਫਿਰ ਅਸੀਂ ਭੁੱਲ ਜਾਂਦੇ ਆ ਬਿਲਕੁਲ ਚੈਨ ਸਿੰਘ ਜੀ ਹਾਂਜੀ ਇਹ ਸ਼ਹਾਦਤ ਨੂੰ ਅਸੀਂ ਭੁੱਲੀਏ ਨਾ ਇਹਦਾ ਜਿਹੜਾ ਸਾਡਾ ਜਿਹੜਾ ਸੱਚ ਵਾ ਉਹ ਸਾਹਮਣੇ ਆ ਕੇ ਉਹ ਜਿਹੜੇ ਦੁਸ਼ਟ ਲੋਕ ਨੇ ਉੱਥੇ ਦੇ ਜਿਹੜੇ ਜਿਹਨਾਂ ਨੇ ਸਾਡੀ ਸ਼ਰੇਆਮ ਪੱਗ ਨੂੰ ਮਧੋੜਿਆ ਰੋੜਿਆ ਤੇ ਪੱਗ ਲਾਈ ਉਹਨਾਂ ਜੀਆਂ ਨੂੰ ਉਸ ਚੀਜ਼ ਤੇ ਨੱਥ ਪਾਈ ਜਾਵੇ ਕੱਲ ਨੂੰ ਗੁਰਦਾਸਪੁਰ ਚ ਕੋਈ ਵੀ ਤੁਰਿਆ ਜਾਂਦਾ ਬੰਦਾ ਉਹ ਸ਼ਰੇਆਮ ਪੱਗ ਲਾਉਣਗੇ ਠੀਕ ਹੈ ਚੈਨ ਸਿੰਘ ਜੀ ਬਹੁਤ ਧੰਨਵਾਦ ਜੀ ਸਿੱਖ ਚੈਨਲ ਇਸੇ ਤਰ੍ਹਾਂ ਹਰੇਕ ਵੀ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਚ ਔਰ ਖਾਸ ਕਰਕੇ ਭਾਈ ਜਸਪਾਲ ਸਿੰਘ ਜੀ ਦਾ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਇਸੇ ਤਰ੍ਹਾਂ ਡਿਬੇਟ ਜਾਰੀ ਰੱਖੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਤਾਂ ਬੇਨਤੀ ਅਸੀਂ ਇਹ ਕਰਨਾ ਚਾਹਾਂਗੇ ਕਿ ਜੂਨ 1984 ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੰਡੀਆ ਸਰਕਾਰ ਵੱਲੋਂ ਇੰਦਰਾ ਗਾਂਧੀ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਸੀਗਾ ਢਾਹ ਢੇਰੀ ਕੀਤਾ ਸੀ ਗੋਲੀਆਂ ਤੋਪਾਂ ਦੇ ਨਾਲ ਔਰ ਬਹੁਤ ਸਾਰੇ ਸ਼ਹੀਦ ਸਿੰਘ ਕੀਤੇ ਗਏ ਸਿੰਘਣੀਆਂ ਬੱਚੇ ਬਜ਼ੁਰਗ ਔਰ 1984 ਦੇ ਵਿੱਚ ਦਿੱਲੀ ਦੇ ਵਿੱਚ ਜੋ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਗੁਰਸਿੱਖਾਂ ਨੂੰ ਸਾੜਿਆ ਗਿਆ ਸ਼ਹੀਦ ਕੀਤਾ ਗਿਆ ਕਤਲੇਆਮ ਕੀਤਾ ਗਿਆ ਉਸ ਸੰਬੰਧ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ 10 ਜੂਨ ਨੂੰ ਜੋ ਲੰਡਨ ਦੇ ਵਿੱਚ ਜੋ ਮੁਜ਼ਾਹਰਾ ਰੱਖਿਆ ਗਿਆ ਉਸ ਦੇ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਹੀ ਸੰਗਤਾਂ ਵੱਧ ਚੜ੍ਹ ਕੇ ਉਹਦੇ ਵਿੱਚ ਸ਼ਾਮਿਲ ਹੋਣਾ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਨੂੰ ਉੱਥੇ ਪਹੁੰਚਾਉਣ ਵਾਸਤੇ ਵੱਧ ਤੋਂ ਵੱਧ ਜਿਹੜੇ ਹੈ ਕੋਚਾਂ ਦਾ ਬੱਸਾਂ ਦਾ ਸਾਧਨ ਜਿਹੜੇ ਹੈ ਮੁਹੱਈਆ ਕਰਵਾ ਕੇ ਅਤੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਵਾਰ ਵਾਰ ਅਨਾਊਂਸਮੈਂਟ ਕਰਕੇ ਲਿਸਟਾਂ ਬਣਾ ਕੇ ਵੱਧ ਤੋਂ ਵੱਧ ਉਸ ਮੁਜ਼ਾਹਰੇ ਵਿੱਚ ਪਹੁੰਚ ਕੇ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨੇ ਹੈ ਅਤੇ ਭੁਪਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਸਭ ਤੋਂ ਪਹਿਲਾਂ ਤਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ ਨਾਲ ਹੀ ਨਾਲ ਸਾਡੇ ਆਪਣੇ ਜਿਹੜੀ ਪੰਥਕ ਸਰਕਾਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਇਹਨਾਂ ਸ਼ਹੀਦਾਂ ਨੂੰ ਆਪਾਂ ਇਹਨਾਂ ਨੂੰ ਰੋਲੀਏ ਨਾ ਇਹਨਾਂ ਦੀ ਸ਼ਹਾਦਤ ਨੂੰ ਰੋਲੀਏ ਨਾ ਸੋ ਦਾਸ ਤਾਂ ਇੱਥੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਹੈ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਹੀ ਹੈ ਕਿ 10 ਜੂਨ ਨੂੰ ਰੋਸ ਮੁਜ਼ਾਹਰਾ ਜੋ ਕਿ ਆਪਾਂ 84 ਤੋਂ ਲੈ ਕੇ ਹੁਣ ਤੱਕ ਕਰਦੇ ਆਏ ਹਾਂ ਉਸ ਵਿੱਚ ਵੱਧ ਚੜ੍ਹ ਕੇ ਆਓ ਤਾਂ ਕਿ ਇੱਥੇ ਦੀਆਂ ਬਾਹਰਲੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕਿਸ ਚੀਜ਼ ਲਈ ਰੋਸ ਕਰਦੇ ਹਨ ਕਿਉਂਕਿ ਸਾਡੇ ਆਪਣੇ ਹੀ ਸਾਡੇ ਦੁਸ਼ਮਣ ਬਣੇ ਹੋਏ ਹਨ ਸੋ ਮੈਂ ਜਿਸ ਤਰ੍ਹਾਂ ਆਪ ਜੀ ਨੇ ਵੀ ਦੱਸਿਆ ਕਿ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਵੱਧ ਚੜ੍ਹ ਕੇ ਕੋਚਾਂ ਦਾ ਪ੍ਰਬੰਧ ਕਰੋ ਅਤੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਆਪੋ ਆਪਣੇ ਨਾਮ ਲਿਖਵਾਓ ਅਤੇ ਆਪੋ ਆਪਣੀਆਂ ਸੀਟਾਂ ਬੁੱਕ ਕਰਾਓ ਅਤੇ ਇਸ ਹਾਈਟ ਪਾਰਕ ਵਿੱਚ ਜਿਸ ਤਰ੍ਹਾਂ 1984 ਵਿੱਚ ਆਪਾਂ ਨੇ ਜਦੋਂ ਗੋਲੀ ਕਾਂਡ ਹੋਇਆ ਸੀ ਉਸ ਤਰ੍ਹਾਂ ਹਾਈਟ ਪਾਰਕ ਨੂੰ ਭਰ ਕੇ ਇਸ ਗੌਰਮੈਂਟ ਨੂੰ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਸਕੇ ਹੁਣ ਨਾਲੇ ਸਾਡੇ ਕੋਲ ਮੀਡੀਆ ਹੈ ਹਾਂਜੀ ਬਿਲਕੁਲ ਅੱਗੇ ਸਾਡੇ ਕੋਲ ਮੀਡੀਆ ਨਹੀਂ ਸਾਂ ਜੀ ਹੁਣ ਇੱਕ ਨਹੀਂ 2-3 ਸਾਰੇ ਮੀਡੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣਾ ਤਸਵੀਰ ਇਸ ਸੰਸਾਰ ਨੂੰ ਦੱਸ ਸਕਦੇ ਹਨ ਕਿ ਕਿਸ ਤਰ੍ਹਾਂ ਸਿੱਖਾਂ 'ਤੇ ਜ਼ੁਲਮ ਹੁੰਦੇ ਹਨ ਅਤੇ ਸਿੱਖ ਕਿਸ ਚੀਜ਼ ਲਈ ਆਪਣੀ ਮੰਗ ਕਰਦੇ ਹਨ ਸੋ ਸਮੂਹ ਸਿੱਖ ਚੈਨਲ ਦਾ ਵੀ ਧੰਨਵਾਦ ਹੈ ਜੋ ਕਿ ਸਮੇਂ ਸਮੇਂ ਸਿਰ ਆਪੋ ਆਪਣਾ ਯੋਗ ਦਾਨ ਪਾ ਕੇ ਸਿੱਖ ਕੌਮ ਨੂੰ ਜਗਾਉਂਦੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਵਿਰਸਾ ਸਿੰਘ ਜੀ ਤੁਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਛ ਸਕਿੰਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਅਸੀਂ ਤਾਂ ਬਹੁਤ ਖੁਸ਼ ਹੋਏ ਜੋ ਸਿੱਖ ਚੈਨਲ ਜੋ ਮਹਾਰਾਜ ਦੀ ਕਿਰਪਾ ਨਾਲ ਚੱਲਾ ਹੈ ਇਹਦੇ ਨਾਲ ਸਾਰਿਆਂ ਸੰਗਤਾਂ ਨੂੰ ਬਹੁਤ ਹੀ ਸਹਿਯੋਗ ਮਿਲਿਆ ਹੈ ਅਸੀਂ ਦੇਖ ਚਾਹੁੰਦੇ ਹਾਂ ਵੀ ਬਹੁਤ ਉਪਰਾਲਾ ਕੀਤਾ ਜਾਏ ਕਿ ਸਾਡੇ ਇਸੇ ਤਰ੍ਹਾਂ ਇੰਡੀਆ 'ਚ ਵੀ ਸਿੱਖ ਚੈਨਲ ਖੋਲ੍ਹੇ ਜਾਣ ਜਿਹਦੇ ਨਾਲ ਸਾਡਾ ਕਿ ਹਰ ਇੱਕ ਦੇ ਨਾਲ ਸੰਬੰਧ ਹੋ ਕੇ ਵਿਚਾਰਾਂ ਚੱਲਣ ਔਰ ਦੁੱਖ ਸੁੱਖ ਦੇ ਸਾਂਝ ਚੱਲੇ ਇਹੀ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਤੁਸੀਂ ਬਾਬਾ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੰਗਤਾਂ ਨਾਲ ਕੋਈ ਹੋਰ ਸਾਂਝ ਪਾਉਣਾ ਚਾਹੋ ਸਮਾਂ ਤਕਰੀਬਨ ਸਮਾਪਤ ਹੈ ਹਾਂ ਮੈਂ ਇਹੀ ਗੱਲ ਨੂੰ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਜੀ ਜੋ ਆਪ ਜੀ ਨੇ ਤੇ ਭਾਈ ਭਿੰਦਰ ਸਿੰਘ ਨੇ ਕੀਤੀ ਹੈ ਗੁਰਸਿੱਖ ਸੰਗਤਾਂ ਨੂੰ ਕਿ ਉਸ ਦਿਨ ਆਪਣੇ ਸਾਰੇ ਕੰਮ ਧੰਦੇ ਤਿਆਗ ਕੇ ਇੱਕ ਪੰਥ ਦੇ ਹਿੱਤ ਵਿੱਚ ਆਪਣੇ ਹਿਰਦੇ ਵਿੱਚ ਸੋਚੋ ਜਿਨ੍ਹਾਂ ਨੇ ਆਪਣਾ ਆਪ ਗਵਾ ਲਿਆ ਅਸੀਂ ਉਹਨਾਂ ਨੂੰ ਨਮਸਤਸਤ ਹੋਣ ਜਾਣਾ ਇਕੱਠ ਦਾ ਵੱਧ ਸਬੂਤ ਦੇਣਾ ਸਾਰੀਆਂ ਸੰਗਤਾਂ
ਉਸ ਰੋਸ ਮਜ਼ਾਰੇ ਦੇ ਵਿੱਚ ਵੱਧ ਚੜ ਕੇ ਬੱਚਿਆਂ ਨੂੰ ਵੀ ਮੈਂ ਤਾਂ ਕਹਿਣਾ ਨਾਲ ਲੈ ਕੇ ਜਾਓ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ। ਹਾਂ, ਸਾਰੀਆਂ ਸੰਗਤਾਂ ਆਪਣੀਆਂ ਆਪਣੀਆਂ ਗੱਡੀਆਂ 'ਚ ਕੋਚਾਂ 'ਚ ਜਿਵੇਂ ਕਿਵੇਂ ਵੀ ਹੁੰਦਾ ਆਪਾਂ ਉੱਥੇ ਸਾਰੇ ਪਹੁੰਚੀਏ। ਮੈਂ ਵੀ ਇਸ ਕਰਕੇ ਸਪੈਸ਼ਲ ਆਇਆ, ਉਸ ਰੋਸ ਮਜ਼ਾਰੇ ਦੇ ਵਿੱਚ ਦਾਸ ਵੀ ਸੰਗਤ ਦੇ ਦਰਸ਼ਨ ਕਰੂਗਾ ਅਤੇ ਨਮਸਤਸਤ ਹੋਊਗਾ, ਸ਼ਹੀਦਾਂ ਨੂੰ ਨਮਸਕਾਰ ਕਰਾਂਗੇ, ਸੱਚੀਆਂ ਸ਼ਰਧਾਂਜਲੀਆਂ ਦੇਵਾਂਗੇ, ਉਹਨਾਂ ਦੇ ਜੀਵਨ ਤੋਂ ਸੇਧ ਲਵਾਂਗੇ ਅਤੇ ਆਉਣ ਵਾਲੇ ਪੰਥਕ ਮੁੱਦੇ ਵੀ ਵਿਚਾਰੇ ਜਾਣਗੇ ਔਰ ਸਾਰੀਆਂ ਸੰਗਤਾਂ ਨੇ ਏਕਤਾ ਦਾ ਸਬੂਤ ਦੇਣਾ ਔਰ ਸਾਰੀਆਂ ਸੰਗਤਾਂ ਨੇ ਪਹੁੰਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬਾਬਾ ਸੁਰਿੰਦਰ ਸਿੰਘ ਜੀ, ਜਿਵੇਂ ਇਹਨਾਂ ਨੇ ਦੱਸਿਆ ਖਾਸ ਕਰਕੇ ਜੋ 10 ਜੂਨ ਨੂੰ ਜੋ ਜੂਨ 84 ਦਾ ਜਿਹੜਾ ਘੱਲੋਘਰ ਹੈ ਉਸ ਸੰਬੰਧ ਵਿੱਚ ਜੋ ਹਾਈਡ ਪਾਰਕ ਲੰਡਨ ਵਿਖੇ ਜੋ ਰੋਸ ਮੁਜ਼ਾਹਰਾ ਹੋ ਰਿਹਾ ਉਹਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੈ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਜੀ ਹੋਰਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਜਿਹੜੇ ਨੇੜਤਾ ਭਾਈ ਗੁਰਚਰਨਜੀਤ ਸਿੰਘ ਜੀ ਜੋ ਭਾਈ ਜਸਪਾਲ ਸਿੰਘ ਦੇ ਪਿਤਾ ਜੀ ਉਹਨਾਂ ਦੇ ਨਾਲ ਇਕੱਠੇ ਆਰਮੀ 'ਚ ਸੇਵਾ ਕਰਦੇ ਰਹੇ ਆ, ਡਿਊਟੀ ਕਰਦੇ ਰਹੇ ਆ ਅਤੇ ਉਸ ਪਰਿਵਾਰ ਦੇ ਨਾਲ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਆ ਅਤੇ ਪੰਥਕ ਸੇਵਾਵਾਂ ਨਿਭਾ ਰਹੇ ਹਨ। ਬਹੁਤ ਧੰਨਵਾਦ। ਅੱਜ ਇਸ ਪ੍ਰੋਗਰਾਮ ਨੂੰ ਪੇਸ਼ ਕਰਦਿਆਂ ਦਾਸ ਤੋਂ ਕਈ ਤਰ੍ਹਾਂ ਦੀਆਂ ਉਣਤਾਈਆਂ ਰਹਿ ਗਈਆਂ ਹੋਣਗੀਆਂ। ਦਾਸ ਖਿਮਾ ਦਾ ਜਾਚਕ ਹੈ, ਅੱਗੋਂ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਸੰਗਤਾਂ ਦੀ ਇਸ ਸਦਕਾ ਵਧੀਆ ਤੋਂ ਵਧੀਆ ਸਿੱਖ ਚੈਨਲ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਰਹੇ। ਅੱਜ ਇੱਥੇ ਹੀ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਸਾਰਿਆਂ ਦਾ।